विरासत एक निकला।
ਖਾਲਸਾ ਸਾਧ ਸੰਗਤ ਜੀ ਆਓ ਸਾਰੀਆਂ ਸੰਗਤਾਂ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਮਿਲ ਕੇ ਆਪਣੇ ਮਨ ਦੀ ਸਾਂਝ ਫਤਿਹ ਦੇ ਸਿਮਰਨ ਨਾਲ ਜੋੜੀਏ ਕਿਉਂਕਿ ਜਦੋਂ ਅਸੀਂ ਮਨ ਕਰਕੇ ਫਤਿਹ ਦੇ ਸਿਮਰਨ ਨਾਲ ਜੁੜ ਜਾਵਾਂਗੇ ਅਸੀਂ ਆਪਣੇ ਅੰਦਰ ਦੇ ਵਿਕਾਰਾਂ ਤੇ ਫਤਿਹ ਹਾਸਲ ਕਰ ਲਵਾਂਗੇ ਜਦੋਂ ਅਸੀਂ ਆਪਣੇ ਅੰਦਰ ਦੇ ਵਿਕਾਰਾਂ ਤੇ ਫਤਿਹ ਹਾਸਲ ਕਰਕੇ ਅੰਦਰੋਂ ਸੁਤੰਤਰ ਹੋ ਗਏ ਫਿਰ ਬਾਹਰ ਸਾਨੂੰ ਕਿਸੇ ਪ੍ਰਕਾਰ ਦੀ ਗੁਲਾਮੀ ਨਾ ਪੈ ਲੈਣੀ ਚਾਹੀਦਾ ਬਹੁਤ ਸਿਆਣੇ ਗੁਰਸਿੱਖ ਬੈਠੇ ਨੇ ਵਿਦਵਾਨ ਬੈਠੇ ਨੇ ਦੂਰ ਅਦੇਸ਼ੀ ਗੁਰਸਿੱਖ ਪਿਆਰੇ ਬੈਠੇ ਨੇ ਇੱਕ ਗੱਲ ਯਾਦ ਰੱਖਿਓ ਭੈ ਜਿਹੜਾ ਹੈ ਜਿਸ ਨੂੰ ਅਸੀਂ ਡਰ ਆਖਦੇ ਹਾਂ ਇਹ ਬਾਹਰ ਦਾ ਨਹੀਂ ਮਨੁੱਖ ਦੇ ਅੰਦਰ ਦਾ ਹੁੰਦਾ ਹੈ ਇਸ ਅੰਦਰ ਦੇ ਭੈ ਨੂੰ ਦੂਰ ਕਰਨ ਵਾਸਤੇ ਸਿਮਰਨ ਸਤਿਗੁਰਾਂ ਨੇ ਸਾਨੂੰ ਫਤਿਹ ਦਾ ਬਖਸ਼ਿਸ਼ ਕੀਤਾ ਇਸ ਵਾਸਤੇ ਆਓ ਕਰਤਾਰ ਕਰੋ ਜਿਸ ਵਾਸਤੇ ਆਪ ਜੀ ਨੇ ਮੈਨੂੰ ਤਲਬ ਕੀਤਾ ਹੈ ਹੋ ਸਕਦਾ ਹੈ ਮੈਂ ਉਸ ਕਸਵੱਟੀ ਤੇ ਪੂਰਾ ਨਾ ਉਤਰ ਸਕਾਂ ਜੇ ਆਪ ਜੀ ਦੀ ਬਖਸ਼ਿਸ਼ ਨਾ ਹੋਵੇ ਜੇ ਆਪ ਜੀ ਦੀ ਕਿਰਪਾ ਆਪ ਜੀ ਦੀ ਰਹਿਮਤ ਨਾ ਹੋਵੇ ਕਿਉਂਕਿ ਜਿਹਨਾਂ ਦੀਆਂ ਕਥਾ ਕਹਾਣੀਆਂ ਸੁਣਨ ਵਾਸਤੇ ਆਪਾਂ ਜੁੜ ਬੈਠੇ ਹਾਂ ਗੁਰੂ ਦਰਬਾਰ ਵਿੱਚ ਉਹ ਪੂਰੇ ਨੇ ਆਪਾਂ ਪੂਰੇ ਹਾਂ ਇੱਕ ਅਧੂਰਾ ਮਨੁੱਖ ਇੱਕ ਅਸਮਰੱਥ ਬੰਦਾ ਜਿਹੜਾ ਹੈ ਉਹ ਸਮਰੱਥ ਦੀ ਤੇ ਪੂਰੇ ਦੀ ਕਦੇ ਵੀ ਗੱਲ ਪੂਰੀ ਨਹੀਂ ਕਰ ਸਕਦਾ ਪਰ ਜਦੋਂ ਅਸੀਂ ਸੇਵਾ ਤੇ ਸਿਮਰਨ ਨਾਲ ਜੁੜਾਂਗੇ ਉਸ ਸਿਮਰਨ ਵਿੱਚੋਂ ਜਿਹੜਾ ਆਤਮਕ ਬਲ ਆਪ ਜੀ ਨੂੰ ਮਿਲੇਗਾ ਉਸ ਬਲ ਵਿੱਚੋਂ ਥੋੜਾ ਜਿਹਾ ਬਲ ਦਾਸਾਂ ਨੂੰ ਦਿਓ ਤੇ ਕਹਿਣ ਦਾ ਬਲ ਬਖਸ਼ੋ ਕੋਈ ਰਸਨਾ ਵਾਂਝੀ ਨਾ ਰਹੇ ਕੋਈ ਮਨ ਕਿਰਿਆ ਨਾ ਰਹੇ ਪੂਜਨੀਕ ਮਤਾਵਾਂ ਸਤਿਕਾਰਯੋਗ ਬਜ਼ੁਰਗ ਆਦਰਨੀਏ ਵੀਰ ਭੈਣਾਂ ਅਜੀਬ ਬੱਚੇ ਬੱਚੀਆਂ ਸਾਰੀਆਂ ਸੰਗਤਾਂ ਗੁਰੂ ਚਰਨਾਂ ਤੇ ਸਿਰ ਝੁਕਾਓ ਦੋ ਹੱਥ ਜੋੜ ਕੇ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੁਹਰਾਓ ਪਿਆਰ ਵਸਤ ਵੀ ਚਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਧ ਸੰਗਤ ਜੀ ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਬੇਅੰਤ ਹੀ ਅੱਜ ਮਹਾਨ ਕਿਰਪਾ ਹੈ ਸੇਵਕ ਪਰਿਵਾਰ ਦੇ ਉੱਤੇ ਮੇਰੇ ਵੱਡੇ ਵੀਰ ਸਤਿਕਾਰਯੋਗ ਗਿਆਨੀ ਗੁਰਦੀਪ ਸਿੰਘ ਜੀ ਗਾਗੀ ਸਾਹਿਬ ਔਰ ਉਹਨਾਂ ਦੇ ਵਿਸ਼ੇਸ਼ ਮੇਰੇ ਸਤਿਕਾਰਯੋਗ ਭੈਣ ਜੀ ਬੀਬੀ ਚਰਨ ਕੌਰ ਜੀ ਉਹਨਾਂ ਦੇ ਸਪੁੱਤਰ ਕੁਲਦੀਪ ਕੋਲਹਾਰ ਨੌਨਿਹਾਲ ਲਾਲ ਸਿੰਘ ਜੀ ਜੋ ਸਤਿਗੁਰਾਂ ਨੇ ਬੜੀ ਕਦਰੇ ਕਰਮ ਕੀਤੀ ਹੈ ਮੇਰੇ ਵੀਰ ਜੀ ਨੂੰ ਪੋਤਰੇ ਦੀ ਦਾਤ ਬਖਸ਼ਿਸ਼ ਕਰਕੇ ਸੰਸਾਰ ਦੇ ਨਾਲ ਸਾਂਝ ਲੜਾਈ ਹੁਣ ਅੱਗੇ ਚੱਲੀ ਹੈ ਬੜੀ ਅਪਾਰ ਬਖਸ਼ਿਸ਼ ਹੋਈ ਹੈ ਇਹ ਜ਼ਿੰਦਗੀ ਦੀ ਸਭ ਤੋਂ ਮਹਾਨ ਔਰਤ ਹੈ ਜਿਹੜੀ ਅਕਾਲ ਪਰਮੇਸ਼ਰ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਨੇ ਸੇਵਕ ਪਰਿਵਾਰ ਨੂੰ ਬਖਸ਼ਿਸ਼ ਕੀਤੀ ਐਸੀ ਦੌਲਤ ਮਨੁੱਖ ਦੁਨੀਆ ਦੀ ਕੋਈ ਚੀਜ਼ ਜੀ ਕੇ ਖਰੀਦ ਨਹੀਂ ਸਕਦਾ ਧਨ ਦੌਲਤ ਜ਼ਮੀਰ ਜਾਇਦਾਦ ਕਿਉਂਕਿ ਪੁੱਤਰ ਹੈ ਇੱਕ ਵਸਤ ਅਮੋਲਕ ਨਹੀਂ ਮਿਲਦੀ ਇਹ ਦਿੱਤਿਆਂ ਦੌਲਤ ਨਹੀਂ ਮਿਲਦੀ ਤਵੀਤੀ ਧਾਗੇ ਨਹੀਂ ਮਿਲਦੀ ਇਹ ਰਾਤੀ ਜਾਗੇ ਬੇਸ਼ੱਕ ਪੂਜੋ ਹੋਗੇ ਮਰੀਆ ਮਿਰਤਾ ਤਰਲੇ ਤਰਲਾ ਬੜੀਆਂ ਪਰ ਜਿਸ ਤੇ ਸਤਿਗੁਰ ਦਿਆਲ ਹੈ ਹੋਵੇ ਉਸਦੇ ਕੱਠ ਲਾਲ ਹੈ ਇਹ ਸਤਿਗੁਰਾਂ ਦੀ ਰਹਿਮਤ ਹੋ ਜਾਵੇ ਕਿਰਪਾ ਹੋ ਜਾਵੇ ਸਾਚੇ ਸਾਹਿਬਾ ਕਿਆ ਨਾ ਹੀ ਘਰ ਤੇਰੇ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਉਸ ਅਕਾਲ ਪੁਰਖ ਪਰਮੇਸ਼ਰ ਦੇ ਘਰ ਵਿੱਚ ਘਾਟਾ ਨਹੀਂ ਕਿਸੇ ਚੀਜ਼ ਦਾ ਪਰ ਜਿਸ ਨੂੰ ਉਹ ਬਖਸ਼ਿਸ਼ ਕਰ ਦੇਵੇ ਇਹ ਫਿਰ ਸਤਿਗੁਰੂ ਮਹਾਨ ਦਾਤ ਦਿੰਦੇ ਨੇ ਬੱਚੀਆਂ ਹੁਣੇ ਹੁਣੇ ਆਪ ਜੀ ਦੀ ਸੇਵਾ ਵਿੱਚ ਇੱਕ ਗੀਤ ਕਹਿ ਕੇ ਗਈਆਂ ਨੇ ਅੱਜ ਉਸ ਬੱਚੀਆਂ ਦੇ ਦਿਲ ਦਾ ਗਾਜਾ ਲਾਉਣਾ ਉਹਨਾਂ ਦੇ ਦਿਲ ਅੰਦਰ ਕਿੰਨਾ ਪਿਆਰ ਹੈ ਕਿੰਨਾ ਪ੍ਰੇਮ ਹੈ ਇਸ ਗੱਲ ਦਾ ਮਨੁੱਖ ਦੇ ਕੋਲ ਕੋਈ ਪੈਮਾਨਾ ਨਹੀਂ ਕਿ ਮਿਲ ਸਕੇ ਉਹਨਾਂ ਦੇ ਇਸ ਪ੍ਰੇਮ ਨੂੰ ਅੰਦਾਜ਼ਾ ਲਾ ਸਕੇ ਜੋ ਸਤਿਗੁਰਾਂ ਦਾ ਬੱਚੀਆਂ ਸ਼ੁਕਰਾਨਾ ਕਰ ਰਹੀ ਹੈ ਜਿੰਨੀ ਉਹਨਾਂ ਦੇ ਦਿਲ ਅੰਦਰ ਖੁਸ਼ੀ ਹੈ ਪ੍ਰਸੰਨਤਾ ਹੈ ਰੀਬ ਹੈ ਕਿਉਂਕਿ ਐਸਾ ਪਵਿੱਤਰ ਪਿਆਰ ਹੈ ਸੰਸਾਰ ਦੇ ਉੱਤੇ ਭੈਣ ਤੇ ਭਰਾ ਦਾ ਅਗਰ ਵੀਰ ਨਹੀਂ ਤੇ ਭੈਣਾਂ ਦਾ ਦਿਲ ਪੁੱਛਿਆ ਜਾਵੇ ਅੱਜ ਸਤਿਗੁਰਾਂ ਨੇ ਉਹ ਸਾਰੇ ਪਰਦੇ ਕੱਢਿਆ ਹੋਇਆ ਜਿੱਥੇ ਪੋਤਰੇ ਦੀ ਦਾਤ ਬਖਸ਼ਿਸ਼ ਕਰਕੇ ਵੀਰ ਜੀ ਨੂੰ ਇਹਨਾਂ ਦੀ ਕੋਲ ਅੱਗੇ ਤੁਰੀ ਹੈ ਔਰ ਬੜੀ ਮਹਾਨ ਕਿਰਪਾ ਕੀਤੀ ਹੈ ਉੱਥੇ ਉਹਨਾਂ ਬੱਚਿਆਂ ਨੂੰ ਵੀਰ ਦੀ ਦਾਤ ਬਖਸ਼ਿਸ਼ ਕਰਕੇ ਸੰਸਾਰ ਦੇ ਵਿੱਚ ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਕੀਤੀ ਹੈ ਬੜੀ ਨਗਰੀ ਕਰਮ ਕੀਤੀ ਹੈ ਕਿਉਂਕਿ ਜਿੱਥੇ ਸਤਿਗੁਰਾਂ ਨੇ ਮਹਾਨ ਦਾਤ ਦਿੱਤੀ ਹੈ ਜਿਸ ਸੇਵਕਾਂ ਦੇ ਬੰਦੇ ਵਿੱਚ ਸਤਿਗੁਰਾਂ ਦਾ ਪਿਆਰ ਹੈ ਕਿਉਂਕਿ ਇੱਕ ਗੱਲ ਖਾਲਸਾ ਜੀ ਯਾਦ ਰੱਖਣੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀ ਧਰ ਪਿਤਾ ਨੇ ਹੁਕਮ ਕਰ ਦਿੱਤਾ ਸਤਿਗੁਰੂ ਕਹਿੰਦੇ ਨੇ ਸਾਚ ਕਬੂ ਸੁਣ ਲੇ ਉਹ ਸਭ ਜੇ ਪ੍ਰੇਮ ਕੀਓ ਤੇਰੀ ਹੀ ਪਾਉ ਪਾਇਓ ਮਨੁੱਖ ਦੇ ਹਿਰਦੇ ਵਿੱਚ ਸਤਿਗੁਰਾਂ ਦਾ ਪ੍ਰੇਮ ਵਸ ਜਾਵੇ ਇਹਨੂੰ ਦੁਨੀਆਂ ਦੀ ਹੋਰ ਦੌਲਤ ਕੀ ਮਨੁੱਖ ਮੰਗੇਗਾ ਪ੍ਰਮਾਤਮਾ
ਜਿੱਥੇ ਸਤਿਗੁਰਾਂ ਦਾ ਪ੍ਰੇਮ ਆ ਗਿਆ ਆ ਗਿਆ ਉੱਥੇ ਹਰ ਦੁਨੀਆਂ ਦੀ ਚੀਜ਼ ਜਿਹੜੀ ਹੈ ਨਾ ਉਹ ਬਰਕਰਾਰ ਹੋਵੇਗੀ, ਉੱਥੇ ਮਜ਼ਬੂਤ ਹੋਵੇਗੀ ਜਿੱਥੇ ਸਤਿਗੁਰਾਂ ਨੇ ਬੜੀ ਨਗਰੇ ਕਰਮ ਕੀਤੀ ਹੈ, ਕਿਉਂਕਿ ਉਹ ਆਪਣੀ ਕਲਾ ਦੇ ਬੜੇ ਪ੍ਰਵੀਰ ਕਲਾਵਾਨ ਨੇ, ਬੜੇ ਪ੍ਰਵੀਰ ਵਿਦਿਆਵਾਨ ਨੇ। ਰਣਜੀਤ ਸਿੰਘ ਸਾਹਿਬ ਜੀ, ਰਾਗੀ ਸਾਹਿਬ ਜੀ ਜਿਹੜੇ ਹੁਣੇ ਹੁਣੇ ਆਪਣੇ ਜਨਤੇ ਸਮੇਤ ਥੋੜੇ ਦਿਨ ਪਹਿਲਾਂ ਕਨੇਡਾ ਤੋਂ ਵਾਪਸ ਆਏ ਨੇ ਔਰ ਸਤਿਗੁਰਾਂ ਦਾ ਸ਼ੁਕਰਾਨਾ ਕੀਤਾ ਹੈ, ਜਿਸ ਮਾਲਕ ਨੇ ਮਹਾਨ ਦਾਤ ਦਿੱਤੀ ਹੈ। ਕਿਉਂਕਿ ਖਾਲਸਾ ਜੀ ਬੇਨਤੀ ਕਰਾਂ, ਲੋੜ ਤੇ ਹੋੜ ਇਹ ਮਹਾਰਾਜਿਆਂ ਨੂੰ ਰਾਜਿਆਂ ਨੂੰ ਭਿਖਾਰੀਆਂ ਦਰ ਤੇ ਚੁਗਣ ਵਾਸਤੇ ਕਈ ਵਾਰੀ ਮਜ਼ਬੂਰ ਕਰ ਦਿੰਦੇ, ਪਰ ਪੁੱਤਰ ਦੀ ਖੋੜ, ਪੁੱਤਰ ਦੀ ਗਰਜ ਇਹ ਤੇ ਬਹੁਤ ਵੱਡੀ ਬਾਤ ਹੈ। ਮਾਂ ਜਿਹੜੀ ਹੈ ਉਹ ਆਪਣੇ ਕੰਨਾਂ ਨਾਲ ਆਪਣੇ ਪੁੱਤਰ ਦੀ ਜ਼ਬਾਨ ਤੋਂ ਇਹ ਸ਼ਬਦ ਸੁਣਨ ਵਾਸਤੇ ਪੂਰੀ ਉਮਰ ਤਰਸਦੀ ਹੈ ਕਿ ਮੇਰੀ ਗੋਦੀ ਵਿੱਚ ਬਹਿ ਕੇ ਚਰੌਕੜੀ ਪਾ ਕੇ ਤੋਤਰੀ ਆਵਾਜ਼ ਵਿੱਚੋਂ ਮੈਨੂੰ ਕੋਈ ਮਾਂ ਕਹਿ ਕੇ ਸੁਣਾ। ਸਤਿਕਾਰਯੋਗ ਸਾਧ ਸੰਗਤ ਜੀ, ਕਈ ਵਾਰੀ ਐਸਾ ਵੀ ਸਮਾਂ ਵਾਪਰ ਜਾਂਦਾ ਹੈ ਇਸ ਪਿਆਰੀ ਦਾਤ ਦੀ ਖਾਤਰ ਮਾਂ ਉਹ ਵੀ ਕਰਮ ਕਰਨ ਵਾਸਤੇ ਮਜ਼ਬੂਰ ਹੋ ਜਾਂਦੀ ਹੈ ਜਿਹੜਾ ਕਰਮ ਸੰਸਾਰ ਵਿੱਚ ਨਹੀਂ ਕਰਨਾ ਚਾਹੀਦਾ, ਜਿਹਨੂੰ ਕਈ ਵਾਰੀ ਅਸੀਂ ਮਾੜਾ ਕਰਮ ਮੰਨਦੇ, ਪਾਪ ਵੀ ਕਹਿ ਦਿੰਦੇ। ਮੇਰੇ ਦੇਸ਼ ਦੇ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਸਵਰਗੀ ਪ੍ਰੋਫੈਸਰ ਮੋਹਨ ਸਿੰਘ ਜੀ ਉਹ ਕੁਛ ਆਪਣੇ ਖਿਆਲ ਦਿੰਦੇ ਨੇ, ਉਹ ਕਹਿੰਦੇ ਨੇ ਮਾਂ ਕੀ ਕਰਦੀ ਹੈ ਪੁੱਤਰ ਦੀ ਪ੍ਰਾਪਤੀ ਵਾਸਤੇ, ਤੀਰਥ ਤੀਰਥ ਪੈਰ ਮੁਕਾਵੇ, ਮਣੀਆਂ ਤੇ ਗੁੱਟੇ ਪਰਵਾਵੇ, ਸਿਵਿਆਂ ਉੱਤੇ ਮਾਸ ਵਧਾਵੇ, ਅਣਹੋਈਆਂ ਗੱਲਾਂ ਕਰਵਾਵੇ, ਪੁੱਤਰ ਜਹੀ ਨਹੀਂ ਵਸ ਪਿਆਰੀ ਜਿਸ ਦੀ ਭੁੱਖੀ ਦੁਨੀਆਂ ਸਾਰੀ। ਮਾਵਾਂ ਭਾਵੇਂ ਹੋਣ ਪਰੀਆਂ, ਨਾਲ ਹੁਸਨ ਦੇ ਟੱਕ ਟੱਕ ਭਰੀਆਂ, ਸ਼ਾਹੀ ਭਰੀ ਵਿਆਹੀਆਂ ਮਰੀਆਂ, ਪਹਿਲਾਂ ਪੱਟ ਪੰਡਾ ਅਮਰ ਸਰੀਆਂ, ਐ ਪਰ ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਗੁਰਦੀ ਵਿੱਚ ਲਾਲ ਨਾ ਹੋਵੇ। ਬੜੀ ਅਪਾਰ ਬਖਸ਼ਿਸ਼ ਹੋਈ, ਕਿਉਂਕਿ ਖਾਲਸਾ ਜੀ ਗੱਲ ਯਾਦ ਰੱਖਿਓ, ਇਸ ਪਿਆਰੇ ਪ੍ਰੀਤਮ ਲਈ ਕੋਈ ਪਾਠ ਅਖੰਡ ਰੱਖਦਾ ਹੈ ਪੁੱਤਰ ਦੀ ਪ੍ਰਾਪਤੀ ਵਾਸਤੇ, ਗੁਰੂ ਚਰਨਾਂ ਵਿੱਚ ਮਨੁੱਖ ਅਰਦਾਸ ਕਰਦਾ ਹੈ, ਅਖੰਡ ਪਾਠ ਕਰਦਾ ਹੈ, ਇਸ ਪਿਆਰੇ ਪ੍ਰੀਤਮ ਲਈ ਕੋਈ ਪਾਠ ਅਖੰਡ ਰੱਖਦਾ ਹੈ, ਕੋਈ ਇਸ ਤੇ ਚਰਨ ਪਵਾਉਣ ਲਈ ਧੌਕਰ ਦਾ ਟੱਲ ਖੜਕਾਉਂਦਾ ਹੈ, ਕੋਈ ਚੂੜੀ ਦਿੰਦਾ ਖੁੰਗੇ ਨੂੰ, ਕੋਈ ਤੀਰਥ ਕਰਕੇ ਆਉਂਦਾ ਹੈ, ਕੋਈ ਘਰ ਬਣਾ ਕੇ ਸਾਧਾਂ ਨੂੰ ਕੂੜੇ ਪ੍ਰਸ਼ਾਦ ਛਕਾਉਂਦਾ ਹੈ, ਸਭ ਦੁਨੀਆਂ ਪਈ ਤਰਸੇ ਦਰਸ਼ਨ ਨੂੰ, ਰਾਹਾਂ ਤੇ ਨਹਿਰ ਜਾਂਦੀ ਏ, ਬੱਚਾ ਖਾਲਕ ਸਾਰੀ ਹਰਕਤ ਦਾ ਹਰਕਤ ਪਈ ਸਦਕੇ ਜਾਂਦੀ ਏ। ਉਮਰਾਂ ਦਾ ਉੱਥੇ ਰੋਣਾ ਏ ਜਿੱਥੇ ਇਹ ਜਾ ਕੇ ਰੁਸਿਆ ਨਹੀਂ, ਉਹ ਵਿਹੜਾ ਵੱਢ ਵੱਢ ਖਾਂਦਾ ਏ ਜਿੱਥੇ ਇਹ ਰਿਹਾ ਨਸਿਆ ਨਹੀਂ, ਉਹ ਮਹਿਲ ਮਨਾਰੇ ਉੱਜੜ ਦੇ, ਜਿੱਥੇ ਇਹ ਜਾ ਕੇ ਵਸਿਆ ਨਹੀਂ ਉੱਥੇ ਗਮ ਚਿੰਤਾ ਰਹਿੰਦੇ ਨੇ, ਜਿੱਥੇ ਇਹ ਜਾ ਕੇ ਹੱਸਿਆ ਨਹੀਂ ਜਿਸ ਮਾਂ ਦੀ ਗੋਦੀ ਨਾ ਖੇਲੇ ਉਹ ਰੋਂਦੀ ਤੇ ਕੁਰਲਾਉਂਦੀ ਏ, ਬੱਚਾ ਖਾਲਕ ਸਾਰੀ ਹਲਕਤ ਦਾ ਹਲਕਤ ਪਈ ਸਦਕੇ ਜਾਂਦੇ। ਅੱਜ ਬੜੀ ਅਪਾਰ ਬਖਸ਼ਿਸ਼ ਹੈ, ਉਸ ਮਾਲਕ ਦੀ ਨਦਰੇ ਕਰਮ ਹੈ, ਕਿਉਂਕਿ ਲੰਗਰ ਲਾ ਕੇ ਮੋਇਆਂ ਦੀ ਮੜੀ ਉੱਤੇ। ਕਦੇ ਤੁਸੀਂ ਸਨਾਤਨ ਧਰਮ ਨੂੰ ਪੜ੍ਹੋ, ਉਹ ਗੱਲ ਇਹ ਬਿਆਨ ਕਰਦੇ ਨੇ ਕਿ ਜਿਸ ਘਰ ਵਿੱਚ ਪੁੱਤਰ ਨਹੀਂ ਉਸ ਮਨੁੱਖ ਦੀ ਮੁਕਤੀ ਨਹੀਂ ਹੁੰਦੀ, ਉਹਨਾਂ ਨੇ ਪੁੱਤਰ ਨੂੰ ਮੁਕਤੀ ਦਾ ਵਸੀਲਾ ਮੰਨਿਆ। ਕਹਿੰਦੇ ਨੇ ਲੰਗਰ ਲਾ ਕੇ ਮੋਇਆਂ ਦੀ ਮੜੀ ਉੱਤੇ ਦਰਗਾਹ ਵਿੱਚ ਪ੍ਰਧਾਨ ਦੇ ਮਾਣ ਪੁੱਤਰ ਖੱਪ ਪਿਤਾ ਤੇ 17 ਮਾਂ ਦੀਆਂ ਨਾਰੇ ਹੋਣ ਦੇ ਨੈਣ ਪ੍ਰਾਣ ਪੁੱਤਰ ਡਿੱਗਿਆ ਟੱਟਿਆ ਖੁੱਡਿਆ ਫੇਰਿਆਂ ਨੂੰ ਬਾਹਰ ਪਕੜ ਕੇ ਜਲ ਮਰਤਾਨ ਪੁੱਤਰ ਭੁੱਖੇ ਉੱਠ ਜਾਂਦੀ ਬੁੱਢੇ ਮਾਪਿਆਂ ਦੀ ਜਦੋਂ ਆ ਕੇ ਨੌਕਰੀ ਬਾਹਰ ਪੁੱਤਰ ਸਿਆਣਿਆਂ ਦਾ ਕੌਰ ਹੈ ਕਿ ਬੱਚਾ ਕੰਡ ਵੱਲੋਂ ਵੀ ਮਾਤਾ ਪਿਤਾ ਨੂੰ ਜੱਫੀ ਪਾ ਕੇ ਨਾ ਤੇ ਮਾਤਾ ਪਿਤਾ ਦਾ ਸੀਨਾ ਖਾ ਜਾਂਦਾ। ਟਿੱਕੇ ਟੱਟਿਆ ਖੁੱਡਿਆ ਫੇਰਿਆਂ ਨੂੰ ਬਾਹਰ ਪਕੜ ਕੇ ਜਲ ਮਰਤਾਨ ਪੁੱਤਰ ਭੁੱਖੇ ਉੱਠ ਜਾਂਦੀ ਬੁੱਢੇ ਮਾਪਿਆਂ ਦੀ ਜਦੋਂ ਆ ਕੇ ਨੌਕਰੀ ਬਾਹਰ ਪੁੱਤਰ ਜਿੱਥੇ ਚੰਦ ਤੇ ਸੂਰਜ ਨਾ ਦਿਨ ਸੋਭਾ ਉਹਨਾਂ ਥਾਵਾਂ ਤੇ ਜੋਤ ਨਿਗਾਨ ਪੁੱਤਰ ਮਿੱਠਾ ਵੇਲਾ ਜਵਾਨ ਦੇ ਹੈ ਉੱਤੇ ਨਿਰਮਲ ਸਿੰਘ ਜੀ ਕਹੇ ਜ਼ਬਾਨ। ਅੱਜ ਸਤਿਗੁਰਾਂ ਦਾ ਟੋਟਲ ਗੁਰਦਾਰ ਸ਼ੁਕਰਾਨਾ ਸੇਵਕ ਪਰਿਵਾਰ ਵੱਲੋਂ ਕੀਤਾ ਗਿਆ ਜੋ ਮਹਾਨ ਦਾਤ ਅਲੰਕਾਰ ਅਕਾਲ ਪੁਰਖ ਪਰਮੇਸ਼ਰ ਨੇ ਬਖਸ਼ੀ ਹੈ। ਰੱਬੀ ਬਾਣੀ ਦੇ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਭੋਗ ਪਏ, ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ, ਆਪਣਾ ਖੁੱਲੇ ਪੰਡਾਲ ਦੇ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਹੋਏ ਨੇ ਔਰ ਆਪਾਂ ਸਾਰੀਆਂ ਸੰਗਤਾਂ ਜੁੜ ਬੈਠੇ ਹਾਂ ਗਾਇਨ ਤੇ ਸਰਵਣ ਭਗਤੀ ਵਿੱਚ। ਆਓ ਮੈਂ ਬੇਨਤੀ ਕਰਾਂ, ਸਮਾਂ ਬੜਾ ਸੰਖੇਪ ਹੈ, ਬੜੀ ਤੇਜ਼ੀ ਨਾਲ ਜਾ ਰਿਹਾ, ਬੇਨਤੀ ਕਰਨ ਲੱਗਾ ਹਾਂ, ਘਾਟੀ ਕਲਾ ਦੇ ਨਾਲ ਇਤਿਹਾਸ ਦਾ ਬਹੁਤ ਬੁਰਾ ਸੰਬੰਧ ਹੈ, ਬਹੁਤ ਬੁਰਾ ਸੰਬੰਧ ਹੈ ਔਰ ਇਤਿਹਾਸ ਇੱਕ ਐਸਾ ਔਖਾ ਸਬਜੈਕਟ ਹੈ, ਇੱਕ ਔਖਾ ਮਜ਼ਬੂਨ ਹੈ, ਅਗਰ ਅਜੇ ਸਹੀ ਅਫਸਰਿਆਂ ਤੇ ਅਸੀਂ ਨਾ ਪੁੱਜ ਸਕੀਏ ਤੇ ਕਈ ਵਾਰੀ ਸੁਣਨ ਵਾਲਾ ਜਨ ਸਧਾਰਨ ਆਦਮੀ ਜਿਹੜਾ ਹੈ ਉਹਦੇ ਵਿੱਚੋਂ ਕਈ ਪ੍ਰਕਾਰ ਦੀਆਂ ਕੁਟਾਈਆਂ ਯਾਦ ਕਰਦਾ। ਤੇ ਖਾਲਸਾ ਜੀ ਇੱਕ ਗੱਲ ਯਾਦ ਰੱਖਿਓ, ਵਿਦਵਾਨ ਸੱਜੇ ਬੈਠੇ ਹੋ,
ਜਿਹੜੀ ਗੱਲ ਇੱਕ ਵਾਰੀ ਮਨੁੱਖ ਦੇ ਦਿਲੋਂ ਦਿਮਾਗ ਵਿੱਚ ਬਹਿ ਜਾਵੇ, ਜਿੰਸੀ ਹੋ ਜਾਵੇ, ਉਸ ਗੱਲ ਨੂੰ ਮਨੁੱਖ ਦੇ ਦਿਮਾਗ ਵਿੱਚੋਂ ਕੱਢਣਾ ਬੜੀ ਔਖੀ ਗੱਲ ਹੈ, ਬੜੀ ਔਖੀ ਬਾਤ ਹੈ। ਮੇਰਾ ਇੱਥੋਂ ਤੱਕ ਯਕੀਨ ਹੈ ਕਿ ਜਿਸ ਗੱਲ ਵਿੱਚ ਕਿਸੇ ਮਨੁੱਖ ਦਾ ਵਿਸ਼ਵਾਸ ਵੱਧ ਜਾਵੇ, ਉਹਦਾ ਵਿਸ਼ਵਾਸ ਤੋੜਨਾ ਆਤਮ ਹੱਤਿਆ ਦੇ ਬਰਾਬਰ ਹੈ। ਹੋਇਆ ਕੀ? ਇਤਿਹਾਸ ਤੁਹਾਡੀ ਖਿਦਮਤ ਵਿੱਚ ਚਰਚ ਕਰਨ ਲੱਗਿਆ, ਸੁਣਿਆ ਤੁਸੀਂ ਬਹੁਤ ਵਾਰੀ ਹੈ, ਪਰ ਕਈ ਵਾਰੀ ਇਤਿਹਾਸ ਵਿੱਚ ਕੁਛ ਭੁਲੇਖਾ ਰਹਿ ਜਾਂਦਾ ਹੈ ਔਰ ਅਸੀਂ ਉਸੇ ਤਰ੍ਹਾਂ ਸੁਣੇ ਜਾਂਦੇ ਹਾਂ। ਇਤਿਹਾਸ ਦੇ ਪੁਰਾਣੇ ਅਗਲੇ ਇਸ ਗੱਲ ਨੂੰ ਸਿੱਧ ਕਰਦੇ ਨੇ। ਇਤਿਹਾਸ ਉਹੀ ਤੁਹਾਡੀ ਖਿਦਮਤ ਵਿੱਚ ਕਰਾਂਗਾ, ਪਰ ਕੁਛ ਬੇਨਤੀਆਂ ਕਰਨੀਆਂ ਨੇ ਤੁਹਾਡੀ ਖਿਦਮਤ ਵਿੱਚ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਸਿੱਖ ਜਗਤ ਦੇ ਪੰਜਵੇਂ ਗੁਰੂ ਨੇ, ਜਿਨ੍ਹਾਂ ਨੇ ਮਹਾਨ ਬਾਣੀ ਸੰਗ੍ਰਹਿ ਕਰਕੇ ਔਰ ਰਚ ਕੇ ਸਤਿਗੁਰਾਂ ਨੇ ਭਾਈ ਗੁਰਦਾਸ ਜੀ ਤੋਂ ਲਗਾ ਕੇ ਹਰਿਮੰਦਰ ਸਾਹਿਬ ਦਾ ਪਾਵਨ ਪ੍ਰਕਾਸ਼ ਕੀਤਾ ਔਰ ਜਿੱਥੇ ਮਹਾਨ ਦੇਵ ਸੰਸਾਰ ਨੂੰ ਦਿੱਤੀ, ਉੱਥੇ ਉਹ ਸ਼ਹੀਦਾਂ ਦੇ ਪੰਜਵੇਂ, ਸਿੱਖ ਜਗਤ ਦੇ ਪੰਜਵੇਂ ਸ਼ਹੀਦ ਵੀ ਨੇ ਔਰ ਸਿੱਖ ਜਗਤ ਦੇ ਪੰਜਵੇਂ ਗੁਰੂ ਵੀ ਨੇ। ਮੈਂ ਬੇਨਤੀ ਕਰਾਂ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਮੋਤਾ ਗੱਦੀ ਦੇ ਬਿਰਾਜਮਾਨ ਨੇ, ਸਤਿਗੁਰਾਂ ਦੇ ਦਰਬਾਰ ਵਿੱਚ ਔਰ ਦੂਰ ਦਰਾਜਾਂ ਤੋਂ ਸਿੱਖ ਸੰਗਤਾਂ ਚੱਲ ਕੇ ਆਉਂਦੀਆਂ ਨੇ, ਨਮਸਕਾਰ ਕਰਦੀਆਂ ਨੇ, ਮੱਥਾ ਟੇਕਦੀਆਂ ਨੇ, ਕਦਮ ਬੋਸੀ ਕਰਦੀਆਂ ਨੇ, ਸਤਿਗੁਰਾਂ ਦੀ ਜ਼ਿਆਰਤ ਕਰਕੇ ਮਨ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ, ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਲਿਆ ਕੇ ਸਤਿਗੁਰਾਂ ਦੇ ਦਰਬਾਰ ਵਿੱਚ ਭੇਟ ਕਰਦੀਆਂ ਨੇ ਔਰ ਸਤਿਗੁਰਾਂ ਤੋਂ ਨਾਮ ਦਾਨ ਲੈ ਕੇ, ਪ੍ਰਸੰਨਤਾ ਲੈ ਕੇ, ਖੁਸ਼ੀਆਂ ਲੈ ਕੇ ਆਪਣਾ ਜਨਮ ਜਿਹੜਾ ਹੈ ਉਹ ਸਹੇਲਾ ਕਰ ਰਹੀ ਹੈ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਬਾਰ ਵਿੱਚ ਕਾਬਲ ਤੋਂ ਸੰਗਤ ਚੱਲੀ, ਆਪਣੀ ਦਸਵੰਧ ਦੀ ਕਿਰਤ ਦੇ ਵਿੱਚੋਂ ਕੀਮਤੀ ਭੇਟਾਵਾਂ ਲਈਆਂ, ਸਤਿਗੁਰਾਂ ਦੇ ਦਰਬਾਰ ਵਿੱਚ ਪੁੱਜੇ, ਨਮਸਕਾਰ ਕੀਤੀ, ਸਤਿਗੁਰਾਂ ਨੂੰ ਮੱਥਾ ਟੇਕਿਆ, ਆਪਣੀਆਂ ਕੀਮਤੀ ਭੇਟਾਵਾਂ ਰੱਖੀਆਂ ਔਰ ਸਤਿਗੁਰਾਂ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸਤਿਗੁਰਾਂ ਨੇ ਕੁਛ ਉਸਦੇ ਵਿੱਚ ਕੀਮਤੀ ਵਿਛਾਲੇ ਸਨ, ਕੁਛ ਸੁੰਦਰ ਵਸਤਰ ਸਨ, ਕੋਈ ਆਪਣੇ ਮਹਿਲਾਂ ਵਿੱਚ ਭੇਜ ਦਿੱਤੇ। ਜਿਸ ਵੇਲੇ ਇਸ ਗੱਲ ਦਾ ਪਤਾ ਸਤਿਗੁਰਾਂ ਦੇ ਵੱਡੇ ਭਰਾਤਾ ਤੁਲਸੀ ਚੰਦ ਦੀ ਧਰਮ ਪਤਨੀ ਕਰਮੋਂ ਨੂੰ ਪਤਾ ਲੱਗਾ, ਉਹਦੇ ਦਿਲ ਵਿੱਚ ਥੋੜਾ ਜਿਹਾ ਗਿਲਾ ਆਇਆ, ਉਹਨੇ ਨਾਰਾਜ਼ਗੀ ਪ੍ਰਗਟ ਕੀਤੀ, ਉਹਨੇ ਆਪਣੇ ਪਤੀ ਤੇ ਕੁਛ ਗੁੱਸਾ ਕੱਢਿਆ। ਕਹਿਣ ਲੱਗੀ, ਪਤੀ ਦੇਵ ਜੀ, ਅਗਰ ਤੁਸੀਂ ਆਪਣੇ ਪਿਤਾ ਦੇ ਆਗਿਆਕਾਰੀ ਹੁੰਦੇ, ਉਹਨਾਂ ਦਾ ਹੁਕਮ ਮੰਨਦੇ, ਸੇਵਾ ਕਰਦੇ, ਉਹਨਾਂ ਦੇ ਹੁਕਮ ਵਿੱਚ ਚੱਲ ਕੇ ਗੋਤਾ ਗੱਦੀ ਪ੍ਰਾਪਤ ਕਰ ਲੈਂਦੇ, ਤੇ ਅੱਜ ਜਿਸ ਜਿਹੜੀ ਪਦਵੀ ਮੇਰੀ ਦਰਾਣੀ ਗੰਗਾ ਕੋਲ ਹੈ ਜਾਂ ਤੁਹਾਡੇ ਭਾਈ ਸਾਹਿਬ ਕੋਲ ਹੈ, ਉਸ ਪਦਵੀ ਦੇ ਮਾਲਕ ਅਸੀਂ ਹੁੰਦੇ, ਸਾਡਾ ਸੰਸਾਰ ਵਿੱਚ ਮਾਣ ਤਾਂ ਹੁੰਦਾ, ਸੰਗਤਾਂ ਸਾਡੇ ਚਰਨਾਂ ਤੇ ਆ ਕੇ ਮੱਥਾ ਟੇਕਦੀਆਂ। ਅੱਜ ਜੋ ਗੁਰੂ ਦਰਬਾਰ ਵਿੱਚ ਆਉਂਦਾ ਹੈ ਉਹ ਸਭ ਕੁਛ ਮੇਰੇ ਕੋਲ ਹੁੰਦਾ, ਮੈਂ ਜਗਤ ਦੀ ਮਾਂ ਵਾਸਤੇ ਸਤਿਕਾਰੀ ਜਾਂਦੀ, ਅੱਜ ਤਮਾਮ ਲੋਕ ਮੇਰੇ ਕਰਮਾਂ ਤੇ ਵੀ ਮੱਥਾ ਟੇਕਦੇ, ਪਰ ਤੁਸੀਂ ਨਾ ਆਪਣੇ ਪਿਤਾ ਦਾ ਹੁਕਮ ਮੰਨਿਆ ਤੇ ਨਾ ਗੁਰੂ ਘਰ ਦੀ ਸੇਵਾ ਕੀਤੀ ਤੇ ਗੁਰਦਾ ਗੱਦੀ ਤੋਂ ਵਾਂਝੇ ਰਹਿ ਗਏ। ਅੱਜ ਆਪਾਂ ਇਸ ਹਾਲਾਤ ਨੂੰ ਪੁੱਜ ਰਹੇ ਹਾਂ, ਜਿਵੇਂ ਹੁਣ ਤੁਲਸੀ ਚੰਦ ਦੀ ਧਰਮ ਪਤਨੀ ਆਪਣੇ ਪਤੀ ਦੇ ਕੋਲ ਦੇਹਦਾਰੀ ਕਰ ਰਹੀ ਹੈ, ਉਸਦਾ ਵੇਰਵਾ ਚੰਦ ਸ਼ਬਦਾਂ ਵਿੱਚ ਬੋਲ ਕਰ। Thank you.
ਸਤਿਗੁਰਾਂ ਦੀ ਬੜੀ ਅਪਾਰ ਬਖਸ਼ਿਸ਼ ਕਿਰਪਾ ਹੈ, ਸਾਡੇ ਘਰ ਮੈਂ ਰਹਿਮਤ ਹੈ, ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਮੈਂ ਬੇਨਤੀ ਕਰਾਂ। ਔਰ ਉਹਨਾਂ ਦੇ ਸਾਥੀ ਮੇਰੇ ਸਤਿਕਾਰਯੋਗ ਗਿਆਨੀ ਬਲਬੀਰ ਸਿੰਘ ਜੀ ਮੌਜੀ ਸਾਹਿਬ, ਜਿਹਨਾਂ ਤੇ ਬੜੀ ਸਤਿਗੁਰਾਂ ਦੀ ਬਖਸ਼ਿਸ਼ ਹੈ, ਸਾਰੀ ਜ਼ਿੰਦਗੀ ਉਹਨਾਂ ਨੇ ਸਿੱਖ ਸੰਗਤਾਂ ਦੀ ਸੇਵਾ ਕੀਤੀ ਹੈ ਔਰ ਕਰ ਰਹੇ ਨੇ, ਜਿਹੜੇ ਇਤਿਹਾਸ ਤੇ ਬੜੇ ਖੋਜੀ ਨੇ, ਸਟੇਜ ਤੇ ਬੜੇ ਧਲੀ ਨੇ, ਬੜੇ ਸਿਆਣੇ ਵਕਤਾ ਨੇ। ਕਿਉਂਕਿ ਮੈਂ ਬੇਨਤੀ ਕਰਾਂ, ਹੁਣ ਜਦੋਂ ਕਦੇ ਬਾਹਰ ਜਾਈਏ ਨਾ ਕਿਸੇ ਵੀ ਸਟੇਟ ਵਿੱਚ, ਜਾਂ ਆਪਣੇ ਆਪ ਪਿੰਡਾਂ ਦੇ ਅੰਦਰ ਦੂਰ ਤੱਕ ਜਾਈਦਾ ਹੈ, ਨਵਾਂਪਿੰਡ ਦੋਲੇਵਾਲ ਦਾ ਨਾਮ ਬਹੁਤ ਮਸ਼ਹੂਰ ਹੈ ਕਾਗੀ ਜੀ ਹੋਣਾ ਕਰ, ਤੇ ਹੁਣ ਨਵਾਂਪਿੰਡ ਦੋਲੇਵਾਲਾ ਵੀ ਜਦੋਂ ਪਹਿਲਾਂ ਦੋਲੇਵਾਲ ਕਹੀਏ ਨਾ, ਕਹਿਣਗੇ ਨਹੀਂ ਹੁਣ ਨਵਾਂਪਿੰਡ ਲਾਗੀਆਂ ਦਾ ਲੱਗਦਾ। ਕਿਉਂਕਿ ਬੜੀ ਅਪਾਰ ਬਖਸ਼ਿਸ਼ ਕਰ, ਬੜੇ ਨਾਮਵਾਰ ਇੱਥੋਂ ਜਿਹੜੇ ਮੇਰੇ ਵੀਰ ਅਸੀਂ ਇਹਨਾਂ ਪਾਸੋਂ ਵਿਦਿਆ ਪ੍ਰਾਪਤ ਕਰਕੇ ਗਏ, ਕਿਉਂਕਿ ਦੋ ਜਣੇ ਹਾਲੇ ਵੀ ਬਾਹਰ ਬੈਠੇ ਨੇ, ਇੱਕ ਇੰਗਲੈਂਡ ਵਿੱਚ ਹੈ, ਕਦੇ ਕਨੇਡਾ ਵਿੱਚ ਹੈ, ਥੋੜੇ ਦਿਨਾਂ ਤੱਕ ਵਾਪਸ ਆਉਣ ਵਾਲੇ ਨੇ, ਜਿੰਨੇ ਵੀ ਉਹ ਤਕਰੀਬਨ ਆ ਗਈ ਨੇ, ਉਹਨਾਂ ਦੇ ਵਿਦਿਆਰਥੀ ਨੇ ਜਿਹੜੇ ਸਿੱਖ ਸੰਗਤਾਂ ਦੀ ਸੇਵਾ ਕਰ ਰਹੇ ਨੇ, ਬੜੀ ਮਹਾਨ ਕਿਰਪਾ ਹੈ, ਬੜੀ ਅਪਾਰ ਬਖਸ਼ਿਸ਼ ਹੈ ਇਹਨਾਂ ਦੀ। ਇਸ ਕਰਕੇ ਸਤਿਕਾਰਯੋਗ ਸਤਿਸੰਗਤ ਜੀ, ਇਹ ਵਿਦਿਆ ਪ੍ਰਾਪਤ ਕਰਕੇ ਬੰਦੜੀ ਨਿਰੰਕਾਰ ਦੀ ਕਿਰਪਾ ਮਾਲਕ ਰਹਿਮਤ ਬਖਸ਼ਿਸ਼ ਹੈ। ਔਰ ਮੈਂ ਬੇਨਤੀ ਕਰਾਂ ਗਿਆਨੀ ਮੌਜੀ ਸਾਹਿਬ ਜੀ, ਜਿਹਨਾਂ ਨੇ ਸਾਰੀ ਜ਼ਿੰਦਗੀ ਸਿੱਖ ਸੰਗਤਾਂ ਦੀ ਸੇਵਾ ਕੀਤੀ ਔਰ ਕਰ ਰਹੇ ਨੇ, ਉਹਨਾਂ ਵੱਲੋਂ ਪਿਆਰ ਪੈ ਮਾਇਆ ਹਾਜ਼ਰ ਹੋਈ, ਸਭ ਨੂੰ ਬਲ ਬਖਸ਼ਿਸ਼ ਕਰਨ, ਸਦਾ ਚੜ੍ਹਦੀਆਂ ਕਲਾ ਵਿਚਰਨ ਦਾ ਬਲ ਬਖਸ਼ਿਸ਼ ਕਰਨ, ਔਰ ਇਸੇ ਤਰ੍ਹਾਂ ਸਿੱਖ ਸੰਗਤਾਂ ਦੀ ਸੇਵਾ ਕਰਦੇ ਰਹਿਣ। ਮੇਰੇ ਸਤਿਕਾਰਯੋਗ ਵੀਰ ਨੰਬਰਦਾਰ ਜੀ ਪਰਮਜੀਤ ਸਿੰਘ ਸਾਹਿਬ ਜੀ, ਉਹਨਾਂ ਵੱਲੋਂ ਪੰਜਾਬ ਦਾ ਮਾਇਆ ਹਾਜ਼ਰ ਹੋਈ, ਸਰਦਾਰ ਚਰਨ ਸਿੰਘ ਜੀ ਕਨੇਡਾ ਵਾਲੇ, ਉਹਨਾਂ ਵੱਲੋਂ ਗਲਤ ਮਾਇਆ ਹਾਜ਼ਰ ਹੋਈ ਹੈ, ਸਕੱਤਰ ਸਿੰਘ ਜੀ ਹਰਪੁਰ ਤੋਂ ਮਾਇਆ ਹਾਜ਼ਰ ਕਰ ਗਏ ਨੇ, ਮੱਖਣ ਸਿੰਘ ਜੀ ਪਟਵਾਲੀ ਸਾਹਿਬ, ਬਹੁਤ ਪਿਆਰ ਵਾਲੀ ਸ਼ਖਸੀਅਤ, ਉਹਨਾਂ ਵੱਲੋਂ ਪੰਜਾਬ ਦਾ ਮਾਇਆ ਹਾਜ਼ਰ ਹੋਈ ਹੈ, ਹੋਰ ਨਗਰ ਵਾਸੀ ਸਿੱਖ ਸਾਧ ਸੰਗਤਾਂ ਵੱਲੋਂ, ਮੇਰੀਆਂ ਸਤਿਕਾਰਯੋਗ ਭੈਣਾਂ ਵੱਲੋਂ, ਮਾਤਾਵਾਂ ਵੱਲੋਂ, ਬੱਚੀਆਂ ਵੱਲੋਂ, ਬਜ਼ੁਰਗਾਂ ਵੱਲੋਂ, ਸੌ ਸੌ ਪੰਜਾਬ ਪੰਜਾਬ ਬੇਅੰਤ ਮਾਇਆ ਹਾਜ਼ਰ ਹੋਈ, ਸਤਿਗੁਰੂ ਹਾਜ਼ਰੀ ਦਾ ਪਰਿਵਾਰਕ ਪਤਨੀ ਨੇ ਗੇੜਾ ਕੀਤਾ। ਸੁਣੀ ਗਿਆ ਗੱਲਾਂ ਜਦੋਂ ਬਰਦਾਸ਼ਤ ਤੋਂ ਬਾਹਰੀਆਂ ਹੋ ਗਈਆਂ, ਇਹ ਕਹਿਣ ਲੱਗਾ ਭਾਗਾ ਵਾਲੀਏ, ਤੂੰ ਕਿਸ ਗੱਲ ਦਾ ਗਿਲਾ ਕਰਦੀ, ਨਾਰਾਜ਼ ਨਾ ਹੋ, ਆਹ ਜਿਹੜੀ ਤੇਰੇ ਦਿਲ ਵਿੱਚ ਗੱਲ ਹੈ ਨਾ, ਕਿ ਅਸੀਂ ਗੁਰਤਾ ਗੱਦੀ ਤੋਂ ਵਾਂਝੇ ਰਹਿ ਗਏ ਆ, ਇਸ ਤੇ ਅਸੀਂ ਮਾਲਕ ਨਹੀਂ ਬਣ ਸਕੇ, ਆ ਜੋ ਸਾਡੇ ਸਮਾਨ ਸਭ ਕੁਛ ਆਉਂਦਾ ਹੈ ਇਹ ਸਾਡੇ ਕੋਲੋਂ ਦੂਰ ਚਲਾ ਗਿਆ, ਇਹ ਗੱਲ ਤੂੰ ਆਪਣੇ ਦਿਲ ਦੇ ਵਿੱਚੋਂ ਕੱਢ ਦੇ। ਸਮਾਂ ਹੋਵੇਗਾ ਇਹ ਨਿਰ ਸੰਤਾਨ ਸੰਤਾਨ ਤੋਂ ਸੰਸਾਰ ਤੋਂ ਚਲੇ ਜਾਣਗੇ, ਤੇ ਜੋ ਕੁਛ ਹੈ ਨਾ ਇਹ ਤੇਰੇ ਕੋਲ ਆ ਜਾਵੇਗਾ, ਇਸ ਵਾਰ ਭਾਗ ਦਾ ਗੁਰਤਾ ਗੱਦੀ ਦਾ ਮਾਲਕ ਤੇਰਾ ਪੁੱਤਰ ਮਿਹਰਬਾਨ ਬਣੇਗਾ, ਇਹ ਸਭ ਚੀਜ਼ਾਂ ਕਿਵੇਂ ਹੋਣਗੀਆਂ। ਖਾਲਸਾ ਜੀ ਕਈ ਵਾਰੀ ਗੁਰੂ ਲਾਲਚ ਵਿੱਚ ਆਇਆ ਹੋਇਆ ਆਪਣੀ ਜ਼ਮੀਨ ਨੂੰ ਕਿੱਥੋਂ ਤੱਕ ਗਿਰਾਵਟ ਵਿੱਚ ਲੈ ਜਾਂਦਾ ਹੈ, ਮੰਨ ਲਓ ਕਿਸ ਦਾ ਅੰਦਾਜ਼ਾ ਨਹੀਂ ਲਾ ਸਕਦਾ। ਕਿਵਾਂ ਕਰਨਾ, ਪ੍ਰਿਥੀ ਚੰਦ ਤੁਸੀਂ ਬਹੁਤ ਸਿਆਣੇ ਸੱਜਣ ਬੈਠੇ ਹੋ, ਕਦੇ ਤੁਸੀਂ ਪ੍ਰਿਥੀ ਚੰਦ ਦਾ ਨਾਤਾ ਗੁਰੂ ਘਰ ਨਾਲ ਜੋੜ ਕੇ ਵੇਖਿਓ ਕਿੰਨਾ ਜੁੜਦਾ ਹੈ, ਪਰ ਜਦੋਂ ਤੁਸੀਂ ਗੁਰ ਇਤਿਹਾਸ ਪੜੋਗੇ ਨਾ, ਗੁਰ ਇਤਿਹਾਸ ਦੇ ਵਿੱਚ ਇਹਨੂੰ ਕਿਤੇ ਵੀ ਗੁਰਮੁਖ ਨਹੀਂ ਲਿਖਿਆ, ਇਹਨੂੰ ਮਨਮੁਖੀ ਲਿਖਿਆ, ਇਹਦਾ ਗੁਰੂ ਘਰ ਨਾਲ ਜਿਹੜਾ ਨਾਤਾ ਜੋੜੇ ਇੱਕ ਮਿੰਟ ਵਾਸਤੇ, ਪ੍ਰਿਥੀ ਚੰਦ ਦਾ ਨਾਨਾ ਵੀ ਗੁਰੂ ਹੈ, ਪ੍ਰਿਥੀ ਚੰਦ ਦਾ ਪਿਤਾ ਵੀ ਗੁਰੂ ਹੈ, ਪ੍ਰਿਥੀ ਚੰਦ ਦਾ ਭਰਾ ਵੀ ਗੁਰੂ ਹੈ, ਤੇ ਪ੍ਰਿਥੀ ਚੰਦ ਦਾ ਭਤੀਜਾ ਵੀ ਗੁਰੂ ਹੈ, ਪ੍ਰਿਥੀ ਚੰਦ ਦਾ ਪੋਤਾ ਵੀ ਗੁਰੂ ਹੈ, ਤੇ ਪ੍ਰਿਥੀ ਚੰਦ ਦਾ ਪੜਪੋਤਾ ਵੀ ਗੁਰੂ ਹੈ। ਅੱਠ ਗੁਰੂ ਸਾਹਿਬਾਨਾਂ ਨਾਲ ਪ੍ਰਿਥੀ ਚੰਦ ਦਾ ਨਾਤਾ ਜੁੜਦਾ ਹੈ, ਪ੍ਰਿਥੀ ਚੰਦ ਦਾ ਨਾਨਾ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ, ਪ੍ਰਿਥੀ ਚੰਦ ਦਾ ਪਿਤਾ ਗੁਰੂ ਰਾਮਦਾਸ ਜੀ ਮਹਾਰਾਜ ਗੁਰੂ, ਪ੍ਰਿਥੀ ਚੰਦ ਦਾ ਭਰਾ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ, ਪ੍ਰਿਥੀ ਚੰਦ ਦਾ ਭਤੀਜਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਰੂ, ਪ੍ਰਿਥੀ ਚੰਦ ਦਾ ਪੋਤਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਗੁਰੂ, ਤੇ ਪ੍ਰਿਥੀ ਚੰਦ ਦਾ ਪਰਪੋਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ। ਜੋੜੋ ਇਹਦਾ ਨਾਤਾ ਕਿਸੇ ਗੁਰਸਿੱਖ ਦਾ ਹੋਰ ਕਿਸੇ ਗੁਰਸਿੱਖ ਦਾ, ਪਰ ਜਦੋਂ ਵੀ ਗੁਰੂ ਇਤਿਹਾਸ ਪੜੋਗੇ ਇਹਨੂੰ ਮਨ ਮੁੱਖ ਕਰਾਰ ਲਿਖਿਆ, ਇਹਨੂੰ ਕਿਸੇ ਵੀ ਇਤਿਹਾਸ ਵਿੱਚ ਤੁਹਾਨੂੰ ਗੁਰਮੁਖ ਲਿਖਿਆ ਨਹੀਂ ਮਿਲੇ। ਮਨ ਕਿਤਨਾ ਥੱਲੇ ਚਲਾ ਗਿਆ, ਕਹਿਣ ਲੱਗਾ ਭਾਗਾ ਵਾਲੀਏ ਤੂੰ ਫਿਕਰ ਨਾ ਕਰ, ਇਹ ਸਭ ਕੁਛ ਤੇਰਾ ਹੈ, ਇਹ ਤੇਰੇ ਪੁੱਤਰ ਦਾ ਹੈ, ਸਭ ਚੀਜ਼ਾਂ ਤੇਰੇ ਕੋਲ ਆਉਣਗੀਆਂ, ਥੋੜਾ ਸਮਾਂ ਆ ਗਈ ਇਹਨਾਂ ਸੰਸਾਰ ਤੋਂ ਮੇਰੇ ਸੰਸਾਰ ਚਲੇ ਜਾਣ। ਆਹ ਗੱਲਾਂ ਜਗਤ ਪਾਤ ਕਰਦਾ ਦੀ ਨਿਤ ਵਰਤੀ ਦਾਸੀ ਨੇ ਸੁਣੀਆਂ, ਭਾਈ ਕਲੇਜੇ ਤੇ ਭਾਰੀ ਸੱਟ ਵੱਜੀ, ਅੱਖਾਂ ਵਿੱਚੋਂ ਹੰਝੂ ਵਹਿ ਤੁਰੇ, ਆਏ ਜਗਤ ਪਾਤ ਦੇ ਸਾਹਮਣੇ, ਤੇ ਜਿਸ ਵੇਲੇ ਆਏ ਤੇ ਹੁਣ ਜਿਹੜੀ ਗੱਲਬਾਤ ਸੁਣੀ ਸੀ ਉਹ ਦਿਲ ਦੇ ਉੱਤੇ ਮਾਨੋ ਕਿਉਂ ਫਿਰ ਰਹੀ ਹੈ, ਜਿਸ ਤਰ੍ਹਾਂ ਡਾਕਟਰ ਨੂੰ ਆਰੀ ਚੀਰ ਪਾਉਂਦੀ ਹੈ ਨਾ, ਇਸ ਤਰ੍ਹਾਂ ਦਿਲ ਨੂੰ ਚੀਰ ਰਹੀਆਂ ਨੇ ਉਹ ਗੱਲਾਂ ਜਿਹੜੀਆਂ ਪ੍ਰਿਥੀ ਚੰਦ ਨੇ ਆਪਣੀ ਧਰਮ ਪਤਨੀ ਨੂੰ ਕਹੀਆਂ, ਪਤਨੀ ਨੂੰ ਕਹੀਆਂ ਸੀ, ਆਈ ਜਗਤ ਪਾਤ ਗੰਗਾ ਦੇ ਸਾਹਮਣੇ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਨੇ, ਜਗਤ ਪਾਤ ਗੰਗਾ ਜੀ ਪੁੱਛਦੇ ਨੇ ਕੀ ਕਾਰਨ ਹੈ। ਕਹਿਣ ਲੱਗੇ ਮਾਤਾ ਜੀ ਜੋ ਕੁਛ ਅੱਜ ਮੈਂ ਆਪਣੀਆਂ ਕੰਨਾਂ ਨਾਲ ਸੁਣਿਆ ਹੈ ਉਹ ਮੇਰੀ ਜ਼ੁਬਾਨ ਬਿਆਨ ਨਹੀਂ ਕਰ ਸਕਦੀ, ਮੇਰੇ ਦਿਲ ਤੇ ਬਹੁਤ ਵੱਡਾ ਦਰਦ ਹੈ, ਇੱਕ ਕਸਕਾ ਹੈ, ਇੱਕ ਪੀੜਾ ਹੈ। ਕਹਿਣ ਲੱਗੇ ਕੀ ਪੈਂਦੇ ਪੀੜਾ ਹੈ, ਕਿਸੇ ਨੇ ਪੁਛਾਪਿਆ ਜਾਂ ਕੋਈ ਅਲਾਮਾ ਦਿੱਤਾ ਜਾਂ ਕੋਈ ਕਬੋਲ ਬੋਲਿਆ, ਉਹਨਾਂ ਆਖਿਆ ਮਾਤਾ ਜੀ ਜੋ ਕੁਛ ਅੱਜ ਬੋਲਿਆ ਗਿਆ ਨਾ ਉਹ ਬਰਦਾਸ਼ਤ ਕਰਨ ਤੋਂ ਮਾਰਾ ਹੈ,
ਹੁਣ ਸਖਤ ਮਾਂ ਕੰਗਾ ਦੇ ਸਾਹਮਣੇ ਖੜੀ ਹੋਈ ਇਹਨਾਂ ਦੀ ਦਾਸੀ ਜਿਹੜੀ ਕਬੂਲ ਇਹਨੇ ਆਪਣੇ ਕੰਨਾਂ ਨਾਲ ਸੁਣੇ ਸਨ ਉਹ ਹੁਣ ਸਖਤ ਮਾਂ ਕੰਗਾ ਦੇ ਸਾਹਮਣੇ ਆਪਣੀ ਰਸਨਾ ਤੋਂ ਕਿਉਂ ਕਹਿ ਰਹੀ ਵਿਰਾਸਤ ਏ ਤੁਹਾਡੀ ਕਲਾ ਬਾਬਾ।
ਮੰਨਣ ਦੇ ਲਈ ਬੈਠੇ ਹੋ ਤੇ ਅੱਜ ਤੁਹਾਡੀਆਂ ਅੱਖਾਂ ਵਿੱਚ ਹੰਝੂ, ਇਹਦਾ ਕਾਰਨ ਕੀ ਹੈ? ਕਹਿਣ ਲੱਗੀ, ਸੱਚੇ ਪਾਤਸ਼ਾਹ, ਇਸ ਦਰਦ ਨੂੰ ਦਬਾਉਣ ਦਾ ਯਤਨ ਬੜਾ ਕੀਤਾ ਪਰ ਇਹ ਦਬਾਇਆ ਨਹੀਂ ਜਾ ਰਿਹਾ। ਕਿਉਂਕਿ ਖਾਲਸਾ ਜੀ, ਇੱਕ ਗੱਲ ਯਾਦ ਰੱਖਿਓ, ਇੱਕ ਐਸੀ ਅਗਰ ਹੈ ਇਹਨੂੰ ਤੁਸੀਂ ਜਿਉਂ ਜਿਉਂ ਦਬਾਈ ਜਾਓ ਨਾ, ਇਹਦੀ ਉਮਰ ਸੁਗਾ ਸੁਗਾਤਰਾ ਤੱਕ ਲੰਬੀ ਹੁੰਦੀ ਜਾਂਦੀ ਹੈ, ਤੇ ਜਿਉਂ ਜਿਉਂ ਇਸਨੂੰ ਕੋੜੀ ਜਾਓ ਇਹਦਾ ਸੇਕ ਵਧੇਰੇ ਹੁੰਦਾ ਜਾਂਦਾ ਹੈ। ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਚਰਨਾਂ ਤੇ ਅਰਜ਼ੋਈ ਕਰਨੀ ਹੈ। ਕਈ ਵਾਰੀ ਮਨ ਵਿੱਚ ਵਿਚਾਰ ਆਇਆ ਪਰ ਵਿਚਾਰ ਦਬਾ ਲਿਆ, ਪਰ ਅੱਜ ਦਬਾਇਆ ਦੱਬ ਨਹੀਂ ਰਿਹਾ। ਕਹਿਣ ਲੱਗੀ, ਸੱਚੇ ਪਾਤਸ਼ਾਹ, ਅੱਜ ਤੁਹਾਡੇ ਵੱਡੇ ਭਾਈ ਨੇ ਤੇ ਤੁਹਾਡੀ ਭਰਜਾਈ ਨੇ ਐਸੇ ਸ਼ਬਦ ਆਪਣੀ ਜ਼ੁਬਾਨ ਤੋਂ ਆਕੇ ਨੇ ਜਿਹੜੇ ਮੈਂ ਬਰਦਾਸ਼ਤ ਨਹੀਂ ਕਰ ਸਕਦੇ। ਉਹਨਾਂ ਨੇ ਜੋ ਕੁਛ ਆਖਿਆ ਹੈ ਉਹ ਕਹਿਣ ਸੁਣਨ ਤੋਂ ਬਾਹਰ ਹੈ। ਜਦੋਂ ਸਾਰੀ ਹਕੀਕਤ ਦੱਸੀ, ਕਹਿਣ ਲੱਗੀ, ਸੱਚੇ ਪਾਤਸ਼ਾਹ ਜੀ, ਕਿਰਪਾ ਕਰੋ, ਹੁਣ ਇੱਕ ਪੁੱਤਰ ਦੀ ਦਾਤ ਵਕਤੇ ਮੇਰੀ ਸੰਸਾਰ ਦੇ ਨਾਲ ਸਾਰ। ਸਰਕਾਰ ਜੋ ਸਾਧ ਸੰਗਤ ਜੀ, ਮੈਂ ਬੇਨਤੀ ਕਰਾਂ, ਹੁਣ ਜਗਤ ਨਾਥ ਗੰਗਾ ਨੇ ਜਦੋਂ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪੁੱਛਿਆ, ਕਹਿਣ ਲੱਗੇ, ਮੈਂ ਜਿਸ ਭੰਡਾਰੇ ਦਾ ਵਰਤਾਵਾ ਹਾਂ, ਜੇ ਮੈਂ ਇਹਦੇ ਵਿੱਚੋਂ ਦਾਤਾਂ ਭਰ ਕੇ ਆਪਣੇ ਘਰ ਵਿੱਚ ਵੱਡੀ ਜਾਵਾਂ ਤਾਂ ਕੀ ਹੋਵੇਗਾ? ਕਹਿਣ ਲੱਗੀ, ਸੱਚੇ ਪਾਤਸ਼ਾਹ ਜੀ, ਜੋ ਮਰਜ਼ੀ ਹੋਵੇ, ਅੱਜ ਮੇਰੀ ਇੱਕ ਨਿਮਾਣੀ ਦਾਸੀ ਦੀ ਅਰਦਾਸ ਹੈ, ਅਰਜ਼ੋਈ ਹੈ, ਪ੍ਰੇਰ ਹੈ, ਪ੍ਰਾਰਥਨਾ ਹੈ, ਮਹਾਰਾਜ ਜਿਵੇਂ ਵੀ ਹੋਵੇ ਅੱਜ ਮੈਨੂੰ ਪੁੱਤਰ। ਮਾ
ਖਾਤਰ ਪੈਦਾ ਹੋ ਜਾਵੇਗਾ। ਕਿਉਂਕਿ ਅਸੀਂ ਇਹ ਕਈ ਵਾਰੀ ਕਹਿੰਦੇ ਹਾਂ ਜਗਤ ਮਾਤ ਗੰਗਾ ਜੀ ਨੇ ਤਿਆਰੀ ਕੀਤੀ, ਪਕਵਾਨ ਪਕਾਏ, ਰੱਥਾਂ ਤੇ ਤਿਆਰ ਹੋ ਕੇ ਸ਼ਾਹੀ ਠਾਠ ਮਾਠ ਨਾਲ ਜਦੋਂ ਜਾ ਰਹੇ ਸਨ ਤੇ ਕੀ ਵੇਖਿਆ, ਬਾਬਾ ਬੁੱਢਾ ਜੀ ਨੇ ਪੁੱਛਿਆ ਸਿੱਖਾਂ ਨੂੰ ਕਿ ਕਿੱਧਰੋਂ ਧੂੜ ਉੱਡੀ ਆ ਰਹੀ ਹੈ। ਕਹਿਣ ਲੱਗੇ ਜੀ ਗੁਰੂ ਦੇ ਮਹਿਲ ਆ ਰਹੇ ਨੇ। ਤੇ ਬਾਬਾ ਜੀ ਕਹਿਣ ਲੱਗੇ ਇਹਨਾਂ ਨੂੰ ਕਿੱਧਰੋਂ ਭਾਜੜਾ ਪੈ ਗਈਆਂ। ਬਾਬਾ ਜੀ ਨੇ ਸ਼ਰਾਬ ਦੇ ਦਿੱਤਾ, ਪਰ ਇਹ ਗੱਲ ਮੈਨੂੰ ਹਾਲੇ ਤੱਕ ਜੱਗੀ ਨਹੀਂ, ਮੇਰੇ ਦਿਲੋਂ ਦਿਮਾਗ ਵਿੱਚ ਬੈਠੀ ਨਹੀਂ। ਕਦੇ ਇਤਿਹਾਸ ਦੇ ਪੁਰਾਣੇ ਖਰੜੇ ਪੜੀਏ, ਬੇਨਤੀ ਇਹ ਕਰਨੀ ਹੈ ਕਿ ਜਿਹੜਾ ਵਾਰਾ ਦਾ ਵਰ ਬਾਬਾ ਬੁੱਢਾ ਜੀ ਨੇ ਨਹੀਂ ਦਿੱਤਾ ਪਿਤਾ, ਵਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਿੱਤਾ ਹੈ ਪੁੱਤਰ ਦਾ, ਅਰਦਾਸ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਨੇ ਕੀਤੀ। ਕਿਉਂਕਿ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਸਿੱਖ ਜਗਤ ਦੇ ਪਹਿਲੇ ਅਰਦਾਸੀਏ ਨੇ। ਵਿਦਵਾਨ ਸੱਜਣ ਬੈਠੇ ਜਰਾ ਗੌਰ ਕਰਿਓ, ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਸ ਦਿਨ ਆਪਣੀ ਜੋਤ ਭਾਈ ਲਹਿਣੇ ਵਿੱਚ ਰੱਖੀ, ਆਖਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਖ ਜਗਤ ਵਾਲਿਓ, ਅੱਜ ਨਾਨਕ ਲਹਿਣੇ ਵਿੱਚ ਬੈਠੇਗਾ, ਅੱਜ ਲਹਿਣਾ ਨਾਨਕ ਬਣੇਗਾ। ਪਰ ਅਰਦਾਸ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਕਰਨ, ਇਹ ਗੱਲ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਹਿ ਦੇ। ਇਸ ਗੱਲ ਤੋਂ ਸਿੱਧ ਹੋ ਗਿਆ ਕਿ ਗੁਰੂ ਜਿਹੜਾ ਹੈ ਉਹ ਸਿੱਖ ਦੀ ਅਰਦਾਸ ਨਾਲ ਪ੍ਰਗਟ ਹੁੰਦਾ ਹੈ। ਇਹ ਸਭ ਤੋਂ ਪਹਿਲਾ ਵਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਿੱਤਾ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਸਿੱਖ ਜਗਤ ਦੇ ਪਹਿਲੇ ਅਰਦਾਸੀ ਹੋਣ ਦਾ। ਤੇ ਦੂਸਰੀ ਗੱਲ, 11 ਸਾਲ ਦੀ ਕਰੜੀ ਮਿਹਨਤ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਸੰਚਿਤ ਕਰਕੇ, ਸਤਿਗੁਰਾਂ ਦਾ ਪਾਵਨ ਸਰੂਪ ਤਿਆਰ ਕਰਕੇ, ਹਰਿਮੰਦਰ ਸਾਹਿਬ ਪ੍ਰਕਾਸ਼ ਕਰਕੇ, ਔਰ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਨੂੰ ਸਤਿਗੁਰਾਂ ਦੀ ਕਿਤਾਬ ਦਿੱਤਾ, ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦੂਸਰੀ ਬਖਸ਼ਿਸ਼ ਕਰ ਦਿੱਤੀ। ਅੱਜ ਉਸੇ ਵਰ ਨੂੰ ਪੱਕਿਆ ਕਰਨ ਵਾਸਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੌਤਕ ਰੱਖ ਦਿੱਤਾ ਕਿ ਅਰਦਾਸ ਬਾਬਾ ਬੁੱਢਾ ਜੀ ਕਰਨ। ਤਿਆਰੀ ਕੀਤੀ, ਤਿਆਰੀ ਕਰਕੇ ਜਦੋਂ ਤੁਰੇ ਜਾ ਰਹੇ ਸਨ ਸ਼ਾਹੀ ਸ਼ਾਨੋ ਸ਼ੌਕਤ ਦੇ ਨਾਲ, ਪਹਿਲੀ ਗੱਲ ਤੇ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਦੀ ਜ਼ੁਬਾਨ ਚੋਂ ਗੁਰੂ ਜੀ ਨੂੰ ਸ਼ਰਾਪ ਨਿਕਲ ਨਹੀਂ ਸਕਦਾ ਸਕਦਾ ਕਦੇ। ਫਿਰ ਦੂਸਰੀ ਹੋਰ ਬੇਨਤੀ ਕਰਦੇ ਹਾਂ, ਅਸੀਂ ਬਾਬਾ ਬੁੱਢਾ ਜੀ ਨੂੰ ਬ੍ਰਹਮ ਗਿਆਨੀ ਆਖਦੇ ਹਾਂ, ਤੇ ਬ੍ਰਹਮ ਗਿਆਨੀ ਦੇ ਬੜੇ ਮਹਾਨ ਲੱਛਣ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅੰਕਿਤ ਕੀਤੇ। ਬਾਕੀ ਸਾਰੇ ਲੱਛਣ ਛੱਡ ਦਿਓ, ਸਿਰਫ ਦੋ ਲੱਛਣ ਲੈ ਲਓ ਬ੍ਰਹਮ ਗਿਆਨੀ ਦੇ। ਜਿਹੜਾ ਬ੍ਰਹਮ ਅਵਸਥਾ ਵਿੱਚ ਪੁੱਜਾ ਹੋਇਆ, ਜਿਹੜਾ ਬ੍ਰਹਮ ਗਿਆਨੀ ਹੈ, ਉਹਨੂੰ ਨਾ ਭਰਮ ਹੋ ਸਕਦਾ ਤੇ ਨਾ ਉਹਨੂੰ ਭੈ ਹੋ ਸਕਦਾ। ਜੇ ਭਰਮ ਵੀ ਹੈ ਤੇ ਭੈ ਵੀ ਹੈ, ਫਿਰ ਉਹ ਬ੍ਰਹਮ ਗਿਆਨੀ ਨਹੀਂ, ਤੇ ਜੇ ਭੈ ਵੀ ਨਹੀਂ ਭਰਮ ਨਹੀਂ ਤੇ ਉਹ ਬ੍ਰਹਮ ਗਿਆਨੀ ਹੈ। ਬਾਬਾ ਬੁੱਢਾ ਜੀ ਨੂੰ ਇਹ ਭਰਮ ਨਹੀਂ ਵੀ ਕੌਣ ਆ ਰਿਹਾ, ਉਹਨਾਂ ਨੂੰ ਪਤਾ ਹੈ ਵੀ ਕੌਣ ਆ ਰਿਹਾ। ਚਲੋ ਸ਼ਾਹੀ ਠਾਠ ਮਾਠ ਨਾਲ ਜਾ ਰਹੇ ਸਨ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਾਹਮਣੇ ਗੁਰਬਾਣੀ ਦਾ ਉਹ ਸਿਧਾਂਤ ਆ ਗਿਆ, ਅਰਜੂ ਹੰਕਾਰ ਨਾ ਭਾਵਈ ਵੇਦ ਸੁਣਾਵੇ। ਬਾਬਾ ਬੁੱਢਾ ਜੀ ਬ੍ਰਹਮ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸਮਾਧੀ ਸਥਿਤ ਹੋਏ ਤੇ ਸਮਾਧੀ ਸਥਿਤ ਹੋ ਕੇ ਕਹਿ ਦਿੱਤਾ ਬਾਬਾ ਬੁੱਢਾ ਜੀ ਨੂੰ ਕਿ ਬਾਬਾ ਜੀ ਅਰਦਾਸ ਨਹੀਂ ਕਰਨੀ। ਅਰਦਾਸ ਨਹੀਂ ਹੋਈ, ਆ ਗਏ ਮੁੜ ਕੇ। ਜਦੋਂ ਮੁੜ ਕੇ ਆਏ ਤੇ ਪੁੱਛਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਕਹਿਣ ਲੱਗੇ ਸੁਣਾਓ ਕੈਸੀ ਅਰਦਾਸ ਕਰਨ ਵਾਸਤੇ, ਕਹਿੰਦੇ ਇਨਕਾਰ ਕਰ ਦਿੱਤਾ, ਉਹਨਾਂ ਨੇ ਅਰਦਾਸ ਨਹੀਂ ਕੀਤੀ। ਸਤਿਗੁਰੂ ਕਹਿਣ ਲੱਗੇ ਕਿਉਂ, ਤੇ ਜਗਤ ਮਾਤ ਗੰਗਾ ਜੀ ਕਹਿਣ ਲੱਗੇ ਮਹਾਰਾਜ ਆਪੇ ਤੇ ਤੁਸੀਂ ਘੱਲ ਦਿੱਤਾ ਤੇ ਆਪੇ ਬਾਬਾ ਜੀ ਨੂੰ ਕਹਿ ਦਿੱਤਾ, ਉਹਨਾਂ ਅਰਦਾਸ ਨਹੀਂ ਕੀਤੀ। ਸਤਿਗੁਰੂ ਕਹਿਣ ਲੱਗੇ ਮੈਂ ਤੇ ਨਹੀਂ ਆਖਿਆ ਉਹਨਾਂ ਨੂੰ, ਨਾ ਮੁਝ ਹੁਕਮ ਲਾਇਆ। ਤੇ ਮਾਤਾ ਜੀ ਕਹਿਣ ਲੱਗੇ ਫਿਰ ਬਾਬਾ ਜੀ ਤਾਂ ਉਸ ਅਵਸਥਾ ਵਿੱਚ ਨੇ ਜਿਸ ਅਵਸਥਾ ਦਾ ਜ਼ਿਕਰ ਬਾਣੀ ਕਰਦੀ ਹੈ, ਉਹ ਆਪ ਤੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਏ ਜੀਓ। ਫਿਰ ਉਹਨਾਂ ਨੂੰ ਆਖਿਆ ਕਿਸ ਨੇ, ਤੇ ਪੁੱਛਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ, ਕਹਿਣ ਲੱਗੇ ਕਹਿ ਕਿਸ ਤਰੀਕੇ ਨਾਲ ਸੀ, ਕਹਿਣ ਲੱਗੇ ਇਸ ਢੰਗ ਦੇ ਨਾਲ। ਜਦੋਂ ਦੱਸਿਆ ਨਾ ਵੀ ਇਸ ਢੰਗ ਦੇ ਨਾਲ ਸ਼ਾਹੀ ਸ਼ਾਨੋ ਸ਼ੌਕਤ ਨਾਲ ਗਏ ਸੀ, ਤੇ ਸਤਿਗੁਰੂ ਕਹਿਣ ਲੱਗੇ ਜਾਣਦਾ ਢੰਗ ਨਹੀਂ, ਤੁਸੀਂ ਉਸ ਗੁਰਸਿੱਖ ਦੇ ਕੋਲ ਅਰਦਾਸ ਕਰਵਾਉਣ ਵਾਸਤੇ ਜਾਣਾ ਹੈ ਜਿਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਰ ਹੈ, ਵਰਦਾਨ ਹੈ ਅਰਦਾਸ ਦਾ, ਤੇ ਐਸੇ ਸਿੱਖ ਨੂੰ ਹੰਕਾਰ ਨਹੀਂ ਪਾਉਣਾ, ਉੱਥੇ ਨਿਰਮਾਨਤਾ ਨਾਲ ਜਾਣਾ, ਉੱਥੇ ਸਾਦਗੀ ਨਾਲ ਜਾਣਾ। ਤੇ ਹੁਣ ਸਾਦਗੀ ਕੀ ਹੈ? ਇੱਕ ਮਾਰਵਾੜੀ ਫਟੀ ਹੋਈ ਧੋਤੀ ਪਾ ਕੇ, ਫਟਿਆ ਹੋਇਆ ਕਮੀਜ਼ ਪਾ ਕੇ ਬੈਠਾ ਹੋਵੇ ਤੇ ਉਹਦੇ ਲੱਕ ਦੇ ਨਾਲ ਉਹਦੀ ਬਾਂਸਰੀ ਵਿੱਚ 10 ਲੱਖ ਰੁਪਈਆ ਵਧਾ ਹੋਵੇ, ਉਹ ਸਾਦਗੀ ਨਹੀਂ। ਉਹ ਤੇ ਚੋਰਾਂ ਤੋਂ ਡਰਦਾ ਮਾਰਾ ਫਟੇ ਕੱਪੜੇ ਪਾ ਕੇ ਬੈਠਾ ਹੈ ਵੀ ਮੈਂ ਕਿਤੇ ਲੁੱਟਿਆ ਨਾ ਜਾਵਾਂ, ਉਹ ਸਾਦਗੀ ਨਹੀਂ। ਸਾਦਗੀ ਕੀ ਹੈ? ਜੈਸਾ ਮਨੁੱਖ ਉੱਪਰੋਂ ਦੇਖਣ ਵਾਸਤੇ ਆਉਂਦਾ ਹੈ ਨਾ ਨਜ਼ਰ, ਐਸਾ ਮਨੁੱਖ ਅੰਦਰੋਂ ਵੀ ਹੋਵੇ। ਮਨੁੱਖ ਜਿਹੜੀ ਗੱਲ ਜ਼ੁਬਾਨ ਤੋਂ ਕਹਿੰਦਾ ਹੈ ਨਾ, ਉਹਦੇ ਹਿਰਦੇ ਵਿੱਚ ਵੀ ਹੋਵੇ। ਜੇ ਹਿਰਦੇ ਵਿੱਚ ਕੁਛ ਹੋਰ ਹੈ ਤੇ ਜ਼ੁਬਾਨ ਤੇ ਕੁਛ ਹੋਰ ਹੈ, ਉਹ ਚੰਗਾ ਇਨਸਾਨ ਨਹੀਂ ਸੰਸਾਰ ਦੇ ਉੱਤੇ। ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਰਾਜ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਫੈਸਲਾ ਦਿੰਦੇ ਨੇ। ਉਹ ਕਹਿੰਦੇ ਨੇ ਔਰੰਗਜ਼ੇਬ, ਤੇਰੀ ਮੇਰੀ ਦੁਸ਼ਮਣੀ ਹੈ, ਤੇਰੀ ਮੇਰੀ ਦੁਸ਼ਮਣੀ ਦਾ ਬੁਨਿਆਦੀ ਕਾਰਨ ਕੀ ਹੈ? ਇੱਕ ਖੁਦਾ ਦੇ ਬਣਾਏ ਬੰਦੇ ਆ, ਕੋਈ ਰਾਜ ਭਾਗ ਨਹੀਂ ਵੰਡਣਾ, ਕੋਈ ਜ਼ਮੀਨ ਜਾਇਦਾਦ ਨਹੀਂ ਵੰਡਣੀ, ਕੋਈ ਧਨ ਦੌਲਤ ਦਾ ਝਗੜਾ ਨਹੀਂ,
पर फिर भी तेरी मेरी दुश्मनी का कारण की? सचमुच कहते तू कला नहीं, वो हर मनुख मेरा दुश्मन है, जेड़ा मनुख जबान तो कुछ कहता है निहर में कुछ हो रखता है। इस गल सफर नावे के शेर भी लिखते हैं, सतगुरु अपने बस्ते मुबारक लिखते हैं, वो कहते हैं हमू मर्द माया स्वद सुखन वर शिकवे निगर कर दहाने निगर। जेड़ा मनुख दिल में कुछ हो रखता है तो जबान तो कुछ होर कहता है वो चंगा इंसान नहीं। ये गुरु गोबिंद सिंह जी महाराज का ऐलान है। सतगुरु कह लगे गंगा सादगी नाल जाना सी, फिर ढंग दस दिता ते ढंग की दसिया, कह लगे अपने हथां दे नाल प्रशादे तैयार करो, अपने हथां दे नाल दुध रिड़को और अपने हथां दे नाल मक्खन कड्डो लस्सी मक्खन, अपने हथां नाल प्रशादे तैयार करके सिर ते रख के ते पैदल चल के बाबा जी को जाओ ते तुहानू पुत्र मिल जाएगा। लो वर दे दो तां गुरु अर्जन महाराज ने, पर साडी समझ विच नहीं आया। सतगुरु कह लगे आज ढंग नाल जाओ ते पुत्र मिल जाएगा। वाते सदरा ने नहीं दिता की तैयारी, अपने हथां दे नाल दुध रिड़ गया, मक्खन बनाया, लस्सी तैयार की, कणक के छोले लैके पीसे, अपने हथां दे नाल प्रसादे तैयार किए और बड़ी प्रेम नाल प्रसादे तैयार किए। तैयार करते सिर से मक्खन लस्सी का मघा रखिया, दही लिया, मक्खन लिया, गुड़ लिया, गंढा लिया, प्रसादे लाए ते पैरों को जोड़ा तार के सिर से प्रसादे रख के पैदल चले जा रहे। अगे पिछे हुक्म लग गया, बड़ा सत्कार किया बाबा जी ने। जगत मार गंगा जी जदों गए कोल, आप सिर को प्रसादे लाए थले रखे ते प्रसादे छक रहे ने, प्रसादे छक के हाथ धो रहे, हाथ धो के कहन लगे जगत मार गंगा जी नू, कहन लगे पुत्र दा वास्ते गुरु अर्जन देव जी महाराज ने दे दिता, मैनू ते अरदासिया बाग बना के एक बहाना रखे ते मैं अरदास करदा। ते कहन लगे जिथे मैं अरदास करदा उथे इक जगत मार गंगा जी मैं तुहाडे कोले गुबार वी मंगदा। अभ्यास कहिंदा असीं कहिंदे आ ਤੇ ਜਗਤ ਮਾਤ ਗੰਗਾ ਜੀ ਮੰਗਣ ਵਾਸਤੇ ਗਏ ਨੇ, ਪਰ ਮੈਂ ਕਹਿ ਰਿਹਾ ਹਾਂ ਕਿ ਬਾਬਾ ਬੁੱਢਾ ਜੀ ਮੰਗ ਰਹੇ ਨੇ। ਉਹ ਕੀ ਮੰਗ ਰਹੇ ਨੇ ਇਹ ਗੱਲ ਅਸੀਂ ਭੁੱਲ ਗਏ, ਇਹ ਗੱਲ ਅਸੀਂ ਵਿਸਾਰ ਦਿੱਤੀ, ਇਹ ਗੱਲ ਅੱਜ ਤੱਕ ਸਾਡੇ ਦਿਮਾਗ ਦਿਲੋਂ ਦਿਮਾਗ ਵਿੱਚ ਨਹੀਂ ਆਈ। ਬਾਬਾ ਬੁੱਢਾ ਜੀ ਅਰਦਾਸ ਕਰਕੇ ਕਹਿਣ ਲੱਗੇ ਜਗਤ ਮਾਤ ਗੰਗਾ ਜੀ ਨੂੰ ਇੱਕ ਬੜੀ ਸੂਰਮਾ ਗੁਰੂ ਪੈਦਾ ਹੋਵੇਗਾ, ਜਿਵੇਂ ਸਾਹਮਣੇ ਬੜੇ ਬੜੇ ਰਾਜੇ ਤੇ ਮਹਾਰਾਜੇ ਆ ਕੇ ਝੁਕਣਗੇ, ਪਰ ਜਗਤ ਮਾਤ ਗੰਗਾ ਜੀ ਮੈਂ ਇੱਕ ਮੰਗ ਮੰਗਦਾ ਹਾਂ ਕਿ ਮੈਂ ਆਖਰੀ ਦਮ ਤੱਕ ਉਸ ਗੁਰੂ ਦਾ ਸੇਵਕ ਰਹਾ ਤੇ ਜਦੋਂ ਮੇਰਾ ਆਖਰੀ ਦਮ ਨਿਕਲੇ ਮੇਰਾ ਸਿਰ ਉਸ ਗੁਰੂ ਦੀ ਗੋਦ ਵਿੱਚ ਪਿਆ। ਐਸੇ ਬੱਚੇ ਬਾਬਾ ਬੁੱਢਾ ਜੀ ਮੰਗ ਰਹੇ ਨੇ ਜਗਤ ਮਾਤ ਗੰਗਾ ਜੀ ਕੋਲ। ਲਓ ਸਤਿਕਾਰ ਜੋ ਲਓ ਸੰਗਤ ਜੀ, ਸਮਾਂ ਕਰੀਬ ਸਮਾਪਤ ਹੈ, ਆਖਰੀ ਕੜੀ ਤੁਹਾਡੀ ਖਿਦਮਤ ਵਿੱਚ ਦਰਜ ਕਰਨ ਲੱਗਾ ਹਾਂ। ਸਹਿਜ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋਂ ਹੁਕਮ ਲੱਗਿਆ, ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਛਾਕੇ ਪ੍ਰਸ਼ਾਦ ਧੋ ਕੇ ਹੱਥ ਤੇ ਗੁਰੂ ਚਰਨਾਂ ਵਿੱਚ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੀਰੀ ਪੀਰੀ ਦੇ ਮਾਰਗ ਤੇ ਆਗਮਨ ਵਾਸਤੇ ਅਰਦਾਸ ਕਿਉਂ ਕਰ ਰਹੇ
ਉੱਤੇ ਹੀਰਿਆ ਚੜੀ ਹੋਊ, ਉਹ ਕਲਕਾ ਦੀ ਗੋਦ ਦਾ ਚੰਨ ਚਾਨਣ ਸੂਰਜ ਹੋਊ, ਪਰ ਠੰਡਕ ਵੀ ਬੜੀ ਹੋਊ। ਜਦੋਂ ਉਹਦੀਆਂ ਸ਼ਕਤੀਆਂ ਤੇ ਭਗਤੀਆਂ ਦੀ ਅੱਖ ਸਰੋਂ ਦੇ ਪੈਰ ਨਾਲ ਲੜੀ ਹੋਊ, ਉਦੋਂ ਪਾਪ ਦੀ ਕੰਮ ਦੀ ਕੁੱਲ ਸ਼ਕਤੀ ਮਹਾਂਬਲੀ ਦੇ ਕਦਮਾਂ ਵਿੱਚ ਖੜੀ ਹੋਊ। ਯੋਧਾ ਆਇਆ ਅਕਾਲ ਦੇ ਤਖਤ ਵਾਲਾ, ਨਵੇਂ ਯੁੱਗ ਲਈ ਨਵੇਂ ਪੈਗਾਮ ਲੈ ਕੇ, ਧਰਮ ਯੁੱਧ ਦੇ ਚੜੇ ਕੁਝ ਚਾਹ ਏਦਾਂ ਮਾਵਾਂ ਪਹੁੰਚੀਆਂ, ਪੁੱਤ ਵਰਿਆਮ ਲੈ ਕੇ, ਟੇਕਾਂ ਫਰਸ਼ੀਆਂ ਤੀਰ ਤਲਵਾਰ ਧੋਏ। ਜਦੋਂ ਸੂਰਮੇ ਪਹੁੰਚ ਗਏ ਆਗ ਲੈ ਕੇ, ਉਦੋਂ ਦਿੱਲੀ ਨੇ ਸੋਚਿਆ, ਆ ਗਿਆ ਕੋਈ ਮੇਰੀ ਸਿਖਰ ਦੁਪਹਿਰ ਲਈ ਸ਼ਾਮ ਲੈ ਕੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਅੱਛਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਹਨਾਂ ਨੇ ਮਾਰ ਲੋਕ ਦੀ ਧਰਤੀ ਤੇ ਉਤਾਰ ਧਾਰਿਆ, ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪੈਣ ਤੇ ਅਕਾਲ ਤਖ਼ਤ ਤੇ ਬੈਠੇ, ਸਤਿਗੁਰਾਂ ਨੇ ਸ਼ਕਤੀ ਤੇ ਭਗਤੀ ਦਾ ਸੁਮੇਲ ਜਿਹੜਾ ਸੀ ਉਹ ਕਰ ਦਿੱਤਾ। ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਦੋ ਤਲਵਾਰਾਂ ਪਹਿਨਾਈਆਂ ਗਈਆਂ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਕੋਲ ਪਹਿਲਾਂ ਬਾਪ ਧਰਮ ਗਿਆਨੀ ਬਾਬਾ ਬੁੱਢਾ ਜੀ ਸ਼ੇਲੀ ਤੇ ਦਸਤਾਰ ਲੈ ਕੇ ਆਏ। ਸ਼ੇਲ ਲਫ਼ਜ਼ ਫਾਰਸੀ ਦਾ ਮਾਲਾ, ਸ਼ੇਲ ਫਾਰਸੀ ਦਾ ਲਫ਼ਜ਼ ਜਿਸ ਦਾ ਅਰਥ ਹੈ ਰੱਸੀ, ਤੇ ਸ਼ੇਲ ਤੋਂ ਸ਼ੇਲੀ ਭਾਵ ਮਾਲਾ, ਮਾਲਾ ਲਿਆਂਦੀ ਨਾ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪੁੱਛਦੇ ਨੇ, ਬਾਬਾ ਜੀ ਆ ਜਿਹੜੀ ਮਾਲਾ ਹੈ ਇਹ ਕਿਸ ਵਾਸਤੇ? ਕਹਿਣ ਲੱਗੇ ਭਗਤੀ ਦੀ ਲਿਖਾਇਤ ਹੈ। ਸਤਿਗੁਰੂ ਕਹਿਣ ਲੱਗੇ, ਮੇਰੇ ਇੱਕ ਗੱਲ ਦੱਸੋ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਲ ਕੋਈ ਵੱਡਾ ਭਗਤ ਸੰਸਾਰ ਚ ਪੈਦਾ ਹੋਵੇਗਾ? ਸਤਿਕਾਰ ਜੋ ਸਾਧ ਸੰਗਤ ਜੀ, ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਬਾਬਾ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋਂ ਵੱਡਾ ਸੰਸਾਰ ਭਗਤ ਕੋਈ ਸੰਸਾਰ ਤੇ ਪੈਦਾ ਹੋਵੇਗਾ? ਕਹਿਣ ਲੱਗੇ ਮਹਾਰਾਜ ਨਹੀਂ। ਕਹਿਣ ਲੱਗੇ ਫਰੂਨਾਂ ਦੀ ਭਗਤੀ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ, ਅੱਸੀ ਰੇਤਾ ਸੀਸ ਵਿੱਚ ਪਾਈ ਗਈ, ਉੱਪਰ ਦੀਆਂ ਦੇਗਾਂ ਵਿੱਚ ਬਿਠਾਇਆ ਗਿਆ, ਉਹ ਭਗਤੀ ਕਿਸ ਕੰਮ ਹੈ? ਤੇਰੀ ਸ਼ਕਤੀ ਤੋਂ ਹੀ ਲੈ। ਉਸ ਵੇਲੇ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਨੇ ਤਲਵਾਰ ਫੈਲਾਈ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਗਾਤਰੇ ਜਿਹੜੀ ਸੱਜੇ ਬੰਨੇ ਫੈਲਾਈ ਸਭ ਤੋਂ ਪਹਿਲਾਂ। ਜਦੋਂ ਸੱਜੇ ਬੰਨੇ ਕਿਰਪਾਨ ਫੁਰਾਈ ਤੇ ਸਿੱਖ ਸੰਗਤਾਂ ਬੈਠੀਆਂ ਸਨ, ਸਿੱਖ ਸੰਗਤਾਂ ਦੇ ਵਿੱਚ ਸ਼ੱਕ ਪੈਦਾ ਹੋ ਗਿਆ। ਕਹਿਣ ਲੱਗੇ ਬਾਬਾ ਬੁੱਢਾ ਜੀ ਕੋਲੋਂ ਗਲਤੀ ਹੋ ਗਈ, ਕਿਉਂਕਿ ਅਸੀਂ ਅਕਲ ਤੇ ਦਿਮਾਗ ਨਾਲ ਸੋਚਦੇ ਹਾਂ, ਅਸੀਂ ਮੁਹੰਮਦ ਦੇ ਜਜ਼ਬੇ ਨੂੰ ਹਲਾਤੇ ਨਹੀਂ ਦੇਖਦੇ। ਆ ਜਿੰਨਾ ਸੰਸਾਰ ਵਿੱਚ ਕਿੰਤੂ ਤੇ ਪ੍ਰੰਤੂ ਹੈ ਨਾ, ਇਹ ਦਿਮਾਗ ਦੀ ਦੁਨੀਆ ਵਿੱਚ ਹੈ, ਪ੍ਰੇਮ ਦੀ ਦੁਨੀਆ ਵਿੱਚ ਕੋਈ ਕਿੰਤੂ ਤੇ ਪ੍ਰੰਤੂ ਨਹੀਂ। ਕਿਉਂਕਿ ਗੱਲ ਵੀ ਉਹਨਾਂ ਦੀ ਠੀਕ ਸੀ, ਅੱਜ ਤੱਕ ਕਿਸੇ ਜੰਗਬਾਜ਼ ਨੇ, ਕਿਸੇ ਰਾਜਕੁਮਾਰ ਨੇ, ਕਿਸੇ ਸਿਪਾ ਸਵਾਰ ਨੇ, ਕਿਸੇ ਬਹਾਦਰ ਨੇ, ਜਿਤਨੀ ਵੀ ਜੰਗਾਂ ਤਮਾਮ ਸੰਸਾਰ ਤੇ ਹੋਈਆਂ ਨੇ, ਮੁਗਲ ਪੀਰ ਦੇ ਜੰਗ ਪੜ ਲਓ, ਮਹਾਭਾਰਤ ਦਾ ਜੰਗ ਪੜ ਲਓ, ਰਮਾਇਣ ਦਾ ਜੰਗ ਪੜ ਲਓ, ਕਿਸੇ ਵੀ ਜਾਂਬਾਜ਼ ਜੰਗਬਾਜ਼ ਨੇ, ਕਿਸੇ ਵੀ ਸਿਪਾ ਸਵਾਰ ਨੇ, ਕਿਸੇ ਵੱਡੇ ਤੋਂ ਵੱਡੇ ਬਹਾਦਰ ਯੋਧੇ ਨੇ, ਤਲਵਾਰ ਸੱਜੇ ਬੰਨੇ ਨਹੀਂ ਪੈਂਦੀ, ਤਲਵਾਰ ਹਮੇਸ਼ਾ ਖੱਬੇ ਬੰਨੇ ਪੈਂਦੀ ਜਾਂਦੀ ਹੈ, ਕਿਉਂਕਿ ਸੱਜੇ ਹੱਥ ਨਾਲ ਖਿੱਚਣੀ ਹੁੰਦੀ। ਅੱਜ ਪਹਿਲੀ ਕਿਰਿਆ ਸੀ ਤਲਵਾਰ ਬਾਜਾਂ ਵਿੱਚ ਜਦੋਂ ਇਹ ਕਿਰਪਾਨ ਦੇਣੀ ਸੀ, ਇਹ ਸੱਜੇ ਬੰਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਕਰਦੇ ਪੜਾਈ। ਕਹਿਣ ਲੱਗੇ ਗਲਤੀ ਹੋ ਗਈ ਬਾਬਾ ਜੀ। ਔਰ ਬਾਬਾ ਜੀ ਬ੍ਰਹਮ ਗਿਆਨ ਜੀ ਸਾਨੂੰ ਵੀ ਜਾਣ ਗਏ ਕਿ ਸਿੱਖਾਂ ਦੇ ਦਿਲ ਵਿੱਚ ਸ਼ੱਕ ਪੈਦਾ ਹੋ ਗਿਆ, ਉਹਨਾਂ ਨੇ ਦੂਸਰੀ ਕਿਰਪਾਨ ਫੜੀ ਤੇ ਦੂਸਰੇ ਬੰਨੇ ਪੈਲਾ ਦਿੱਤੀ। ਇੱਕ ਭੇਦ ਹੋਰ ਯਾਦ ਰੱਖਿਓ ਕਿ ਦੋ ਕਿਰਪਾਨਾਂ ਦੇ ਵਿੱਚ ਇੱਕ ਭੇਦ ਹੈ 2 ਇੰਚ ਦਾ। ਜਿਹੜੀ ਮੀਰੀ ਦੀ ਤਲਵਾਰ ਹੈ ਉਹਦੀ ਲੰਬਾਈ 45 ਇੰਚ ਹੈ, ਜਿਹੜੀ ਪੀਰੀ ਦੀ ਤਲਵਾਰ ਹੈ ਉਹਦੀ ਲੰਬਾਈ 44 ਇੰਚ ਹੈ, 2 ਇੰਚ ਦਾ ਭੇਦ ਹੈ। ਕਿਸ ਵਾਸਤੇ? ਹਰਿਮੰਦਰ ਸਾਹਿਬ ਜਾਓ ਕਦੇ ਤੁਸੀਂ, ਤੁਸੀਂ ਜਦੋਂ ਹਰਿਮੰਦਰ ਸਾਹਿਬ ਜਾਂਦੇ ਹੋ ਨਾ, ਤੇ ਜਿਹੜਾ ਅਕਾਲ ਤਖ਼ਤ ਮੀਰੀ ਹੈ, ਸ਼ਕਤੀ ਹੈ ਤੇ ਭਗਤੀ ਹੈ ਹਰਿਮੰਦਰ ਸਾਹਿਬ ਤੇ ਪੀਰੀ, ਉਹਦੀਆਂ ਪ੍ਰਕਰਮਾਂ ਵਿੱਚ ਅਕਾਲ ਤਖ਼ਤ ਬਣਿਆ ਹੈ, ਹਰਿਮੰਦਰ ਸਾਹਿਬ ਤੇ ਹਰਿਮੰਦਰ ਸਾਹਿਬ ਦੇ ਬਰਾਬਰ ਹੈ। ਇੱਕ ਹੋਰ ਤਕਨੀਕ ਹੈ ਉਹਦੇ ਵਿੱਚ, ਉਹ ਵੀ ਯਾਦ ਰੱਖਿਓ, ਕਦੇ ਤਜਰਬਾ ਕਰਕੇ ਵੇਖਿਓ। ਤੁਸੀਂ ਹਰਿਮੰਦਰ ਸਾਹਿਬ ਜਦੋਂ ਜਾਓਗੇ ਨਾ, ਤੇ ਜਿੱਥੇ ਹੈ ਗ੍ਰੰਥੀ ਬਹਿੰਦਾ ਹੈ, ਪਿਛਲੇ ਬੰਨੇ ਬਹਿ ਕੇ ਜਾਪ ਕਰਦਾ ਹੈ, ਸਤਿਗੁਰਾਂ ਦਾ ਸਤਿਗੁਰਾਂ ਦੀ ਹਜ਼ੂਰੀ ਵਿੱਚ ਤਾਬਿਆਂ ਵਿੱਚ ਬਹਿੰਦਾ ਹੈ, ਉਹਦੇ ਪਿਛਲੇ ਬੰਨੇ ਬਹਿ ਗਿਆ, ਉਹਦੇ ਪਿਛਲੇ ਬੰਨੇ ਬੈਠ ਕੇ ਅਕਾਲ ਤਖ਼ਤ ਵੱਲ ਨਜ਼ਰ ਮਾਰਿਓ, ਤੁਹਾਨੂੰ ਅਕਾਲ ਤਖ਼ਤ ਨਹੀਂ ਵੇਖਿਆ, ਹਰਿਮੰਦਰ ਸਾਹਿਬ ਗ੍ਰੰਥੀ ਦੇ ਪਿੱਛੇ ਵੇਖਿਆ, ਅਕਾਲ ਤਖ਼ਤ ਦੇ ਦਰਸ਼ਨ ਨਹੀਂ ਹੋਣਗੇ। ਤੇ ਤੁਸੀਂ ਅਕਾਲ ਤਖ਼ਤ ਦੇ ਵਿੱਚ ਜਾ ਕੇ ਜਿੱਥੇ ਮਰਜ਼ੀ ਬੈਠ ਜਾਓ, ਤੁਹਾਨੂੰ ਹਰਿਮੰਦਰ ਸਾਹਿਬ ਸਾਰਾ ਸਾਹਿਬ ਅੰਦਰ ਦੇਵੇਗਾ। ਇਹ ਸਤਿਗੁਰਾਂ ਦੀ ਬੜੀ ਵੱਡੀ ਤਕਲੀਫ ਸੀ। ਅੱਜ ਸਿਆਸਤ ਦਾ ਗਲਬਾ ਧਰਮ ਦੇ ਉੱਤੇ ਹੈ, ਪਰ ਸਤਿਗੁਰਾਂ ਨੇ ਧਰਮ ਨੂੰ ਸਿਆਸਤ ਦੇ ਉੱਤੇ ਰੱਖਿਆ। ਸਰਕਾਰ ਯੋਗ ਸਾਹਿਬ ਸੰਗਤ ਜੀ, ਜਿਸ ਵੇਲੇ ਤਲਵਾਰਾਂ ਦੂਜੀਆਂ ਪੈਲਾ ਦਿੱਤੀਆਂ, ਸਿੱਖ ਕਹਿਣ ਲੱਗੇ ਗਲਤੀ ਤੇ ਹੋ ਗਈ, ਚਾਹੀਦਾ ਤੇ ਇਹ ਸੀ ਭਾਈ ਤਲਵਾਰ ਦੀ ਸੋਧ ਵਾਸਤੇ ਉਤਾਰ ਕੇ ਦੂਜੇ ਬੰਨੇ ਪੈਲਾ ਦਿੰਦੇ, ਪਰ ਇਹਨਾਂ ਦੂਸਰੀ ਪੈਲਾ ਦਿੱਤੀ। ਬਾਬਾ ਜੀ ਨੇ ਜਾਣ ਗਿਆ ਨਾ ਵੀ ਸਿੱਖਾਂ ਦੇ ਦਿਲ ਵਿੱਚ ਸ਼ੱਕ ਪੈਦਾ ਹੋ ਗਿਆ। ਕਹਿਣ ਲੱਗੇ ਹਜ਼ੂਰ, ਜੇ ਤੁਹਾਡਾ ਹੁਕਮ ਹੋਵੇ ਤੇ ਸ਼ੱਕ ਕਰਦੇ ਹਾਂ।
क्योंकि शक बड़ा खतरनाक शब्द है। जेड़ी प्रीत, प्रीत एक ऐसी आत्मा वर्गी अमर चीज है, मोहब्बत जेड़ी है ते मरदी नहीं, क्योंकि मोहब्बत हर तरफ है। कारे फरमा बस में आलम में सतारों में हटा में कहकशा में गुल में शबनम में मोहब्बत की बू आती है कलियों के पसीने से। मोहब्बत का ना हो तो जिंदगी बेनूर हो जाए, मोहब्बत हो तो हर तरह दिमागे दूर हो जाए। मोहब्बत को सुकून मिलता है अक्षय किताबों में, मोहब्बत खोलती है आँख बेतमीज ख्वाबों में। मोहब्बत कुलियां करती है तलवारों के पानी से, मोहब्बत खेलती है सुरमाओं की जवानी से। एक मोहब्बत का बहुत दूजा पेज सी पर धोबी ने शब्द आख्या शक भी चोट लगी उसे सीता बर्बाद दे दिता। कह लगा महाराज मोहब्बत का शीशा ना टूट जाए, मैं हुक्म दे उठ के खड़े हो गए बाबा जी। कह लगे तुम कोई शक किया ना, गुरु की करनी कभी शक ना करो, बस मोहब्बत का जज्बा ले लो। कह लगे जेड़िया आप तलवारा जिस गुरु के खाते में आई ने ना, इन्हों ने अज एक गुरु के खाते में दो तलवारा आई ने, इन्होंने अगे चल के एक म्यार भी खड़ी हो जाए। सीधा सुपै कह लगे बाबा जी ने फिर गल गल कर दी, क्योंकि पंजाबी का एक मुहावरा है एक म्यार के दो तलवारा कभी पै नहीं सकती। पर खालसा जी एक गल याद रखियो, आ दो तलवारा ने इन्हों दिया कंडा जोड़ दियो, वह अकाई की हासिल शक्ल तैयार करके वो खंडे का रूप धार कर लेंगे। जब वो खंडा अगे चल के गुरु गोबिंद पोतरे गुरु हरिदास साहब जी महाराज के पोतरे गुरु गोबिंद सिंह जी महाराज के हाथ आया, उन्हें लैके सरसों का बाका सतलुज का पानी अकाल की आई हुई बाणी ते जदों खंडा उहदे विच गिरिया, दुनिया के उस्ताद कारीगर अग विच पा के लोहा लाल करदे ने, उहनू पाणी विच पा के टैंपर करदे ने, पर तां गुरु गोबिंद सिंह जी महाराज ने मीरी ते पीरी पाणी विच खोल के पानी टैंपर करके जब पानी मुद्दे के मुंह पाया वो बोल उठा वाहेगुरु जी का वाहेगुरु जी साहब। गुरु हरिदास साहब जी महाराज ने मीरी के पीरी दिया दो तलवारा पैर से आ खालसा पंथ का नींह पत्थर जोड़ा से वो सतगुरां ने रख दिता, और सतगुरां ने आकाश पर्वत के उत्ते बैठ के एक पैगाम दिता, एक ऐलान दिता कि सबर से सबर की जंग चलती रही है, और सबर का सबर का मुकाबला हो सब सबर नाल नहीं सबर नाल होवेगा। सिख संगतां नूं ऐलान दिता चंगे शस्त्र लियाओ सुंदर घोड़े लियाओ चंगी जवानी भेटा करो ते मैं सारा नक्शा बदल देवांगा। साहिब गुरु हरिदास साहब जी महाराज ने एक सिख संगतां दे सामने पैगाम क्यों
ਸਿਉਂ ਦਾ ਸਮਾਂ ਬੜਾ ਵੇਲਾ ਤੁਸੀਂ ਵੀ ਨਵੇਂ ਸਿਰੇ ਨੂੰ ਆਪਣੇ ਘਰ ਤੇ ਪਹਿਨੀਆਂ ਕਾਲ ਤੱਕ ਉੱਥੇ ਬੈਠੇ ਔਰ ਸਿੱਖੀ ਦੀ ਰੂਪ ਰੇਖਾ ਸਿੱਖੀ ਦਾ ਨਕਸ਼ਾ ਬਦਲਾ ਦਿੱਤਾ ਕ੍ਰਾਂਤੀ ਲੈਣ ਦੀ ਜਿਹੜੀ ਜ਼ਬਰ ਤੇ ਸਬਰ ਦੀ ਜੰਗ ਚੱਲਦੀ ਸੀ ਸਤਿਗੁਰਾਂ ਨੇ ਜ਼ਬਰ ਦਾ ਟਾਕਰਾ ਜ਼ਬਰ ਨਾਲ ਸ਼ੁਰੂ ਕਰ ਦਿੱਤਾ ਔਰ ਸਤਿਗੁਰਾਂ ਨੇ ਆਪਣੀ ਜ਼ਿੰਦਗੀ ਵਿੱਚ ਚਾਰ ਬੜੀਆਂ ਵੱਡੀਆਂ ਜੰਗਾਂ ਲੜੀਆਂ ਔਰ ਆਖਰੀ ਕੜੀ ਤੁਹਾਡੀ ਖਿਦਮਤ ਵਿੱਚ ਮੈਂ ਕਹਿਣ ਲੱਗਾ ਕਿਉਂਕਿ ਬੇਨਤੀ ਕਰਾਂ ਮੇਰੇ ਵੀਰ ਗੁਰਦੀਪ ਸਿੰਘ ਜੀ ਜਿਹਨਾਂ ਤੇ ਅੱਜ ਬੜੀ ਪ੍ਰਸੰਨਤਾ ਹੈ ਬੜੀ ਖੁਸ਼ੀ ਹੈ ਬੜੀ ਮਹਾਨ ਬਾਤ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਇਹ ਮਹਾਨ ਖੁਸ਼ੀ ਦਿੱਤੀ ਔਰ ਚਾਹੀਦੀ ਵੀ ਹੈ ਉਹਨਾਂ ਵੱਲੋਂ ਸਤਿਗੁਰਾਂ ਦੇ ਸ਼ੁਕਰਾਨੇ ਕੀਤੇ ਜਾ ਰਹੇ ਨੇ ਉਹ ਵਾਰ ਵਾਰ ਹੁਕਮ ਕਰ ਰਹੇ ਨੇ ਇਸ ਕਰਕੇ ਨਾਰਾਜ਼ ਨਹੀਂ ਕਰਨਾ ਉਹਨਾਂ ਇੱਕ ਚੀਜ਼ ਪੂਰਨ ਦੀ ਤੁਹਾਡੀ ਖਿਦਮਤ ਵਿੱਚ ਪੂਰਨ ਦੀ ਵਾਰ ਸਾਫ ਕਰਨੀ ਹੈ ਮੈਂ ਬੇਨਤੀ ਕਰਾਂ ਇੱਥੇ ਬੈਠੇ ਬੈਠੇ ਬਹੁਤ ਵਾਰੀ ਆਪਣੀ ਜੇਬ ਵਿੱਚੋਂ ਮਾਇਆ ਕੱਢ ਕੇ ਰੱਖੀ ਗਏ ਨੇ ਕੋਈ ਗਿਣਤੀ ਨਹੀਂ ਆ ਜਾਣਾ ਉਹਨੇ ਪੂਰਨ ਦੇ ਵੇਲੇ ਫਿਰ ਘਬਰਾਉਣ ਲੱਗ ਪਏ ਬਹੁਤ ਵਾਰੀ ਉਹ ਮਾਇਆ ਹਾਜ਼ਰ ਕਰ ਗਏ ਨੇ ਕਿਉਂਕਿ ਖਾਲਸਾ ਜੀ ਮੈਂ ਇੱਕ ਬਾਤ ਕਈ ਵਾਰੀ ਆਖਦਾ ਜਿੱਥੇ ਪ੍ਰੇਮ ਹੈ ਨਾ ਉੱਥੇ ਨੇਮ ਕੋਈ ਨਹੀਂ ਉੱਥੇ ਸ਼ਰਤ ਕੋਈ ਨਹੀਂ ਉੱਥੇ ਕੰਡੀਸ਼ਨ ਕੋਈ ਨਹੀਂ ਜਹ ਪ੍ਰੇਮ ਨਹ ਨੇਮ ਉਰੇ ਹੈ ਜਹ ਨੇਮ ਤੈ ਪ੍ਰੇਮ ਦੁਰੇ ਹੈ ਦੁਰੇ ਨਾਮ ਛਿਪ ਜਾਂਦਾ ਜਿੱਥੇ ਸ਼ਰਤਾਂ ਲੱਗ ਜਾਣ ਕੰਡੀਸ਼ਨਾਂ ਰੱਖੀਆਂ ਜਾਣ ਉੱਥੇ ਫਿਰ ਪ੍ਰੇਮ ਜਿਹੜਾ ਹੈ ਨਾ ਉਹ ਛੁਪ ਜਾਂਦਾ ਉੱਥੇ ਪ੍ਰੇਮ ਰਹਿੰਦਾ ਤੇ ਪ੍ਰੇਮ ਸੰਸਾਰ ਤੇ ਬਹੁਤ ਵੱਡੀ ਬਾਤ ਹੈ ਖਾਲਸਾ ਰਸਤੇ ਦੇ ਉੱਤੇ ਨਾ ਜਾਈ ਬੜੀ ਦੁਸ਼ਵਾਰ ਮੰਜ਼ਿਲ ਬੜੀ ਫਿੱਕਾ ਘਾਟਾ ਵਿਖੜੀ ਵਿਖੜਾ ਪੈਦਾ ਔਖੀ ਘਾਟੀ ਦਰਿੰਦਾ ਪੰਦੀ ਇਸ ਮੰਜ਼ਿਲ ਤੇ ਨਾ ਪਈ ਪਰ ਜਿਹੜਾ ਅੰਦਰ ਮੁਹੱਬਤ ਦਾ ਜਜ਼ਬਾ ਪ੍ਰੇਮ ਦਾ ਜਜ਼ਬਾ ਹੈ ਨਾ ਉਹ ਮਨੁੱਖ ਨੂੰ ਸੱਚ ਦਾ ਢਿਡੋਰਾ ਦੇਣ ਵਾਸਤੇ ਮਜ਼ਬੂਰ ਕਰਦਾ ਖਾਲਸਾ ਜੀ ਇੱਕ ਗੱਲ ਯਾਦ ਰੱਖਿਓ ਮਨਸੂਰ ਨੂੰ ਅਕਲ ਇੱਕ ਗੱਲ ਆ ਗਈ ਸੀ ਮਨਸੂਰ ਨੂੰ ਅਕਲ ਇੱਕ ਗੱਲ ਅਕਲ ਇੱਕ ਗੱਲ ਆਖਦੀ ਸੀ ਓਏ ਐਨਲ ਹੱਕ ਨਾ ਬੋਲ ਮਾਰਿਆ ਜਾਵੇਗਾ ਪਰ ਜਿਹੜਾ ਅੰਦਰ ਮੁਹੱਬਤ ਦਾ ਜਜ਼ਬਾ ਸੀ ਨਾ ਉਹ ਵਾਰ ਵਾਰ ਇਹ ਗੱਲ ਕਹੀ ਜਾਂਦਾ ਸੀ ਮਨ ਤੇ ਫਿਰ ਵੀ ਇੱਕ ਦਿਨ ਜਾਣਾ ਤੇ ਗੱਲ ਨਹੀਂ ਲੱਗਣੀ ਚਾਹੀਦੀ ਇਹਦੇ ਸੰਬੰਧ ਵਿੱਚ ਉਰਦੂ ਦੇ ਉਸਤਾਦ ਨੇ ਖੂਬ ਸ਼ੇਰ ਆਖਿਆ ਉਹ ਕਹਿੰਦਾ ਅਕਲ ਕਹਿਤੀ ਹੈ ਨਾ ਜਾ ਪੂਛਾ ਹੈ ਕਾਤਲ ਨੇ ਮਾਰਿਆ ਜਾਏਗਾ ਜਜ਼ਬਾ ਮੁਹੱਬਤ ਕਹਿਤਾ ਹੈ ਚਲੋ ਦੇਖਿਆ ਜਾਏਗਾ ਮਰੀ ਜਾਵਾਂਗੇ ਇਹਨੂੰ ਬਾਅਦ ਕੀ ਹੋਰ ਚੱਲਿਆ ਜਿਸ ਤਰ੍ਹਾਂ ਅੰਦਰ ਦੀ ਛਤਰ ਛਾਇਆ ਹੇਠ ਬੈਠੇ ਆ ਉਹਨਾਂ ਨੇ ਸਾਡੇ ਅੰਤਿਸ਼ ਕਰਨ ਤੋਂ ਮੁਹੱਬਤ ਦੇ ਜਜ਼ਬੇ ਨੂੰ ਇਸ ਤਰ੍ਹਾਂ ਉਜਾਗਰ ਕੀਤਾ ਹੈ ਕਿ ਅਕਲ ਤੇ ਤੀਬਰ ਰਹੇ ਕਿਤੇ ਪ੍ਰੇਮ ਦਾ ਜਜ਼ਬਾ ਠੰਡਾ ਨਾ ਹੋ ਜਾਵੇ ਸਤਿਗੁਰਾਂ ਨੇ ਇੱਕ ਸ਼ਰਤ ਲਾ ਦਿੱਤੀ ਤੇ ਸ਼ਰਤ ਵੀ ਬੜੀ ਵਿਚਿੱਤਰ ਲਾਈ ਸਤਿਗੁਰਾਂ ਨੇ ਸਤਿਗੁਰਾਂ ਨੇ ਆਖਿਆ ਅਗਰ ਕਿਸੇ ਮਨੁੱਖ ਨੇ ਮੇਰੇ ਨਾਲ ਮੇਰੀ ਮੁਹੱਬਤ ਦਾ ਨਾਤਾ ਜੋੜ ਕੇ ਮੇਰੀ ਗਲੀ ਵਿੱਚ ਕਦਮ ਰੱਖਣਾ ਹੈ ਤੇ ਉਹਦੇ ਵਾਸਤੇ ਸ਼ਰਤ ਹੈ ਜਾਓ ਤਾਂ ਪ੍ਰੇਮ ਖੇਲਣ ਕਾ ਜਾਓ ਸਿਰ ਘਰ ਤਲੀ ਗਲੀ ਮੇਰੀ ਆਓ ਇੱਕ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਲ ਲਾਜੂ ਹੁਣ ਖਾਲਸਾ ਜੀ ਦੇਖੋ ਇਹ ਸਾਰੀ ਕਹਾਣੀ ਜਿਹੜੀ ਹੈ ਇੱਕ ਰਾਵੀ ਦੇ ਕਿਨਾਰੇ ਤੇ ਪਸਰੀ ਹੈ ਕਿਸ ਤਰ੍ਹਾਂ ਰਾਵੀ ਦੇ ਕਿਨਾਰੇ ਤੇ ਕਰਤਾਰਪੁਰ ਦੀ ਧਰਤੀ ਤੇ ਬੈਠ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ਰਤ ਲਾ ਰਹੇ ਨੇ ਜਾਂ ਤਾਂ ਪ੍ਰੇਮ ਖੇਡਣ ਦਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ ਤੇ ਰਾਵੀ ਦਾ ਕਿਨਾਰਾ ਗੁਰਦੁਆਰਾ ਡੇਰਾ ਸਾਹਿਬ ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼ਹਾਦਤ ਦਿੱਤੀ ਸਤਿਗੁਰੂ ਕਹਿ ਰਹੇ ਨੇ ਸਿਰ ਤਲੀ ਤੇ ਰੱਖ ਕੇ ਯਾਰ ਦੀ ਗਲੀ ਬਣਾ ਲਿਆ ਸਤਿਗੁਰਾਂ ਨੇ ਸ਼ਰਤ ਨੂੰ ਪੂਰਾ ਕਰ ਆਓ ਸਤਿਕਾਰ ਦੇ ਉਸਾ ਸੰਗਤ ਜੀ ਅੱਜ ਆਪਾਂ ਬੈਠੇ ਹਾਂ ਹੁਕਮ ਹੋ ਗਿਆ ਪੂਰਨ ਦੀ ਵਾਰ ਤੁਹਾਡੀ ਖਿਦਮਤ ਵਿੱਚ ਕਹਿਣ ਲੱਗਾ ਮਹਾਰਾਣੀ ਜਿੰਦ ਕੌਰਾਂ ਜਿਸ ਦੀ ਦਾਸਤਾਨ ਤੁਸੀਂ ਬੜੀ ਵਾਰੀ ਸੁਣੀ ਹੈ ਕਿਉਂਕਿ ਸਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਰੀਤੇ ਭਰੇ ਭਰੇ ਸੰਗਲਾਵੇ ਜਹ ਤਾਕੋ ਵਿਵਹਾਰੇ ਭੀਖ ਮੰਗਾਵੇ ਰਾਜਿਆ ਉਹਦੀ ਮਰਜ਼ੀ ਹੋਵੇ ਨਾ ਤੇ ਉਹ ਪਰ ਵਿੱਚ ਬਾਦਸ਼ਾਹਾਂ ਨੂੰ ਭਖਾਰੀ ਬਣਾ ਦਿੰਦਾ ਤੇ ਜੇ ਉਹਦੀ ਨਜ਼ਰੇ ਕਰਮ ਹੋਵੇ ਤੇ ਭਖਾਰਾ ਭਖਾਰੀ ਜਿਹੜੇ ਨੇ ਉਹ ਤਖਤ ਦੇ ਉੱਤੇ ਬਿਠਾ ਦਿੰਦਾ ਖਿਲਵਾ ਲਾਓ ਰੰਗ ਤਾਂ ਕਰੇ ਰਾਓ ਰੰਗ ਕਰ ਡਾਰੇ ਇਹ ਉਸ ਅਕਾਲ ਪੁਰਖ ਦੀ ਵਿਲੱਖਣਤਾ ਹੈ ਉਹਦੀ ਉਹਦੀ ਮਹਾਨਤਾ ਦਾ ਉਹਦੀ ਅਜ਼ਮਤ ਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਉਹ ਮਹਾਰਾਣੀ ਜਿੰਦਕਾਰਾ ਜਿਹੜੀ ਕਦੇ ਰਾਜ ਭਾਰਤੀ ਮਾਲਕੀ ਪਾਲਕੀਆਂ ਵਿੱਚ ਬੈਠ ਕੇ ਨਿਕਲਦੀ ਸੀ ਜਿਹਦੇ ਸਾਹਮਣੇ ਲੱਖਾਂ ਸਿੱਖ ਝੁਕਦੇ ਸਨ ਅੱਜ ਉਹ ਸ਼ੇਰੇ ਪੰਜਾਬ ਦੀ ਮੌਤ ਤੋਂ ਬਾਅਦ ਅੱਜ ਦੁਸ਼ਮਣਾਂ ਦੇ ਹੱਥ ਵਿੱਚ ਆਈ ਹੋਈ ਅੱਜ ਬੰਦੀ ਬਣਾਈ ਗਈ ਲਾਹੌਰ ਜੇਲ੍ਹ ਵਿੱਚ ਬੰਦ ਕੀਤੀ ਗਈ ਲਾਹੌਰ ਜੇਲ੍ਹ ਵਿੱਚ ਬੰਦ ਕਰਨ ਤੋਂ ਬਾਅਦ ਉਹ ਬਨਾਸ ਨੂੰ ਲੈ ਤੁਰੇ ਔਰ ਜਿਸ ਵੇਲੇ ਮਹਾਰਾਣੀ ਸਤਲੁਜ ਦੇ ਕੰਢੇ ਤੇ ਆਈ ਉਹਨੇ ਨਜ਼ਰ ਭਰ ਕੇ ਵੇਖਿਆ ਇੱਕ ਵਾਰੀ ਆਪਣੇ ਛੱਡ ਰਹੇ ਲਾਹੌਰ ਨੂੰ ਉਹਨੇ ਨਜ਼ਰ ਭਰ ਕੇ ਵੇਖਿਆ ਆਪਣੇ ਸੁਖ ਵੇਖੇ ਆਪਣਾ ਰਾਜ ਭਾਵ ਵੇਖਿਆ ਕਿ ਸ਼ਾਇਦ ਮੁੜ ਕੇ ਮੈਨੂੰ ਇਸ ਧਰਤੀ ਦੇ ਉੱਤੇ ਕਦਮ ਰੱਖਣਾ ਵੀ ਨਸੀਬ ਨਾ ਹੋਵੇ ਕਿਉਂਕਿ ਸਮਾਂ ਐਸਾ ਚੱਲ ਰਿਹਾ ਜਿਸ ਦਿਨ ਮਹਾਰਾਣੀ ਨੂੰ ਬੰਦੀ ਬਣਾਇਆ ਗਿਆ ਉਸ ਤੋਂ ਇੱਕ ਦਿਨ ਪਹਿਲਾਂ ਉਸਦਾ ਲਾਡਲਾ ਪੁੱਤਰ ਉਸਦੀ ਕੁੱਲ ਦਾ ਗਹਿਣਾ ਔਰ ਜਿਹੜਾ ਹੋਰ ਦਾ ਗਹਿਣਾ ਸੀ ਕੁੱਲ ਵੀ ਪਕਸ਼ੀ ਇੱਕ ਦਿਨ ਪਹਿਲਾਂ ਉਸ ਤੋਂ ਵਿਛੋੜ ਦਿੱਤਾ ਅੱਜ ਆ ਰਾਣੀ ਆਪਣੇ ਪੁੱਤਰ ਨੂੰ ਯਾਦ ਕਰਦੀ ਹੋਈ ਆਪਣੇ ਬੀਤੇ ਹੋਏ ਸੁੱਖਾਂ ਨੂੰ ਯਾਦ ਕਰਦੀ ਹੋਈ ਆਪਣੇ ਬੀਤੀਆਂ ਯਾਦਾਂ ਨੂੰ ਦਿਲ ਵਿੱਚ ਸਮੇਟੀ ਹੋਈ ਅੱਜ ਤੁਰੀ ਜਾ ਰਹੀ ਹੈ
ਬਨਾਸ ਵਿੱਚ ਜਾ ਕੇ ਬੰਦ ਕਰ ਦਿੱਤਾ ਜਿੱਥੇ ਉਹਦੀ ਸਭ ਤੋਂ ਪਹਿਲਾਂ 1.5 ਲੱਖ ਸਲਾਨਾ ਪੈਨਸ਼ਨ ਸੀ ਉੱਥੇ ਘਟਾ ਕੇ 48,000 ਸਲਾਨਾ ਕਰ ਦਿੱਤੀ ਔਰ ਜਦੋਂ ਬਨਾਸ ਤੋਂ ਇਹਨੂੰ ਕੱਢਿਆ ਤੇ ਜਾ ਕੇ ਕਿਨਾਰ ਵਿੱਚ ਬੰਦ ਕੀਤਾ ਸਤਕਾਰ ਦੇ ਉਸਤਾ ਸੰਗਤ ਜੀ ਉਸ ਵੇਲੇ 12,000 ਸਲਾਨਾ ਇਹਦੀ ਪੈਨਸ਼ਨ ਸੀ 1,000 ਮਹੀਨਾ ਔਰ ਮਹਾਰਾਣੀ ਜਿੰਦਾ ਤੇ ਇੱਥੇ ਕਿਸੇ ਇੱਕ ਤਸੀਹੇ ਦਿੱਤੇ ਗਏ ਆਖਿਰਕਾਰ ਇੱਕ ਦਿਨ ਮਹਾਰਾਣੀ ਬੈਠੀ ਆਪਣੀ ਬੰਦੀ ਵਿੱਚ ਸੋਚ ਰਹੀ ਸੀ ਕਿ ਬੰਦੀ ਖਾਦੇ ਮਨੁੱਖਾਂ ਵਾਸਤੇ ਬਣੇ ਨੇ ਇਹਦੇ ਵਿੱਚ ਬਹਾਦਰ ਵੀ ਰਹਿੰਦੇ ਨੇ ਬੜੇ ਬੜੇ ਬਹਾਦਰ ਇਹਨਾਂ ਬੰਦੀ ਖਾਲਿਆਂ ਨੂੰ ਤੋੜ ਕੇ ਚਲੇ ਗਏ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਦੇ ਲਾਹੌਰ ਵਿੱਚ ਜਹਾਂਗੀਰ ਦੀ ਜੇਲ੍ਹ ਕੱਟੀ ਕਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਾਬਰ ਦੀ ਜੇਲ੍ਹ ਕੱਟੀ ਪਰ ਜਿਹੜਾ ਮਨੁੱਖ ਆਪ ਆਪਣੀ ਮਦਦ ਕਰਦਾ ਹੈ ਖੁਦਾ ਵੀ ਉਹਦੀ ਮਦਦ ਕਰਦਾ ਹੈ ਇਹ ਗੱਲ ਦਿਲ ਵਿੱਚ ਵਿਚਾਰ ਕੇ ਇਹਨੇ ਆਪਣੀ ਜਿਹੜੀ ਸ਼ਾਮੋ ਨੌਕਰਾਣੀ ਸੀ ਇਹਦੀ ਜਿਹੜੀ ਗੋਲੀ ਸੀ ਉਹਦੇ ਨਾਲ ਸਲਾਹ ਕੀਤੀ ਕਿ ਮੈਂ ਹਿੰਮਤ ਕਰਕੇ ਇਸ ਖੇਲ ਨੂੰ ਕੱਟ ਨਿਕਲ ਜਾਣਾ ਚਾਹੁੰਦੀ ਹਾਂ ਤਾਂ ਕਿ ਮੇਰੇ ਪੁੱਤਰ ਦਾ ਵਿਲਾਪ ਹੋ ਜਾਵੇ ਪੁੱਤਰ ਦੀ ਗਿਲ ਵਿੱਚ ਖਲਾਸਾ ਲੈ ਕੇ ਇੱਛਿਆ ਲੈ ਕੇ ਇਹ ਰਾਣੀ ਨੇ ਪ੍ਰੋਗਰਾਮ ਲਿਖਿਆ ਅੱਧੀ ਰਾਤ ਦਾ ਸਮਾਂ ਹੈ ਰਾਣੀ ਉੱਠੀ ਇਹਨੇ ਆਪਣੀ ਗੋਲੀ ਨੂੰ ਉਠਾਇਆ ਉਠਾ ਕੇ ਆਖਿਆ ਗੁਲਾਮ ਆਪਣੇ ਵਾਲੇ ਕੱਪੜੇ ਮੈਨੂੰ ਦੇ ਔਰ ਮੇਰੇ ਵਾਲੇ ਗਹਿਣੇ ਤੇ ਕੱਪੜੇ ਤੂੰ ਬਣਾ ਆ ਔਰ ਮੈਂ ਜਾਵਾਂਗੀ ਅੱਧੀ ਰਾਤ ਦਾ ਸਮਾਂ ਇਹਨੇ ਐਸਾ ਰੂਪ ਬਣਾਇਆ ਕਾਗਜ਼ ਔਰ ਨਿਕਲੀ ਕਮਰੇ ਤੋਂ ਬਾਹਰ ਆਈ ਦਰਵਾਜ਼ੇ ਦੇ ਉੱਤੇ ਦਰਵਾਜ਼ੇ ਦੇ ਉੱਤੇ ਆਈ ਸੰਤਰੀ ਨੇ ਪੁੱਛਿਆ ਕੌਣ ਹੈ ਇਹਨੇ ਟੁੱਟੀ ਫੁੱਟੀ ਹਿੰਦੀ ਵਿੱਚ ਆਵਾਜ਼ ਦਿੱਤੀ ਕਿ ਮੈਂ ਮਹਾਰਾਣੀ ਦੀ ਸੰਤਰੀ ਹਾਂ ਜਿਹੜੀ ਕੱਲ ਰਾਤ ਜੰਗਲ ਵਿੱਚੋਂ ਆਈ ਸਾਂ ਤੇ ਰਾਣੀ ਨੂੰ ਉਪਦੇਸ਼ ਦੇਣ ਵਾਸਤੇ ਮੈਨੂੰ ਸੱਦਿਆ ਗਿਆ ਸੀ ਤੇ ਮੈਂ ਵਾਪਸ ਜਾ ਰਹੀ ਹਾਂ ਪਹਿਰੇਦਾਰ ਨੇ ਸੋਚਿਆ ਐਸੀ ਗੱਲ ਹੈ ਜਿਹੜੀ ਕੱਲ ਆਈ ਹੈ ਔਰ ਕਿਸੇ ਨੂੰ ਪਤਾ ਨਹੀਂ ਹੋ ਸਕਦਾ ਹੈ ਜੇ ਪਤਾ ਲੱਗ ਜਾਵੇ ਤੇ ਸਾਡਾ ਪਤਾ ਨਹੀਂ ਕੀ ਹਸ਼ਰ ਹੋਵੇਗਾ ਇਹਨੇ ਆਖਿਆ ਜਿਸ ਤਰ੍ਹਾਂ ਰਾਤ ਹਨੇਰੇ ਵਿੱਚ ਪੀਤੀ ਆਈ ਉਸੇ ਤਰ੍ਹਾਂ ਰਾਤ ਹਨੇਰੇ ਵਿੱਚ ਨਿਕਲ ਜਾ ਦਰਵਾਜ਼ਾ ਖੁੱਲ੍ਹਾ ਰਾਣੀ ਬਾਹਰ ਹੋਈ ਦਰਵਾਜ਼ਾ ਬੰਦ ਹੋ ਗਿਆ ਲਾ ਕੇ ਗੰਗਾ ਦੇ ਕਿਨਾਰੇ ਦੇ ਉੱਤੇ ਜਾ ਕੇ ਇਹਨੇ ਆਪਣੇ ਵਸਤਰ ਕੁਛ ਰੱਖੇ ਪਾਕੇ ਰੱਖ ਕੇ ਸ਼ੱਕ ਪੈ ਜਾਵੇ ਮਹਾਰਾਣੀ ਗੰਗਾ ਡੁੱਬ ਹੋਈ ਹੈ ਇਹਨੇ ਗੰਗਾ ਵਿੱਚ ਛਾਲ ਮਾਰੀ ਲਹਿਰਾਂ ਨਾਲ ਜੋ ਪੁੱਟੀ ਹੋਈ ਗੰਗਾ ਨੂੰ ਪਾਰ ਕੀਤਾ ਔਰ ਮਹਾਰਾਣੀ ਰਾਮਗੜ੍ਹ ਵਿੱਚ ਵੀ ਪੁੱਜੀ ਉੱਥੇ ਵੀ ਦੂਸਰੀ ਗੋਲੀ ਵੀ ਮਿਲੀ ਇਹ ਸਫ਼ਰ ਜਾਲਦੀ ਹੋਈ ਦੁੱਖ ਝੱਲਦੀ ਹੋਈ ਮੁਸੀਬਤਾਂ ਕੱਟਦੀ ਹੋਈ ਪੁੱਤਰ ਪ੍ਰਾਪਤੀ ਦੀ ਲਾਲਸਾ ਵਾਸਤੇ ਫਿਰ ਵੀ ਇੱਛਾ ਰੱਖ ਕੇ ਕਿ ਕਦੇ ਮੇਰੇ ਆ ਜ਼ਿੰਦਗੀ ਦੇ ਦੁੱਖ ਖਤਮ ਹੋ ਜਾਣਗੇ ਔਰ ਸੁੱਖ ਮੈਨੂੰ ਮਿਲ ਜਾਣਗੇ ਇਹ ਫਰੀਦਾਰੀ ਸਾਡੀ ਜਾਂਦੀ ਰਾਣਾ ਜੰਗ ਬਹਾਦਰ ਨੇਪਾਲ ਦੀ ਕਲੈਰੀ ਵਿੱਚ ਪਹੁੰਚ ਗਏ ਰਾਣਾ ਜੰਗ ਬਹਾਦਰ ਨੇਪਾਲ ਦਾ ਦਰਬਾਰ ਲੱਗਾ ਹੋਇਆ ਪੂਰਨ ਦੀ ਵਾਰ ਕਹਿਣ ਲੱਗਾ ਖਾਲਸਾ ਜੀ ਇੱਕ ਗੱਲ ਯਾਦ ਰੱਖਿਓ ਕਿ ਬੜੀ ਜਿਸ ਤਰ੍ਹਾਂ ਉਹ ਕਹਿੰਦੇ ਸਰ ਕਿ ਹੋਰ ਕੋਈ ਸੁਣਾਉਂਦਾ ਨਹੀਂ ਤੇ ਤੁਸੀਂ ਵੀ ਨਾ ਸੁਣਾਓ ਕਿਉਂਕਿ ਰਾਤ ਵਿਦਿਆ ਪ੍ਰਾਪਤ ਕਰਨੀ ਉਹਦੇ ਤੇ ਪੂਰਾ ਪਹਿਰਾ ਦੇਣਾ ਇਹ ਅਕਾਲ ਪੁਰਖ ਸੰਸਾਰ ਦੀ ਰਹਿਮਤ ਹੋਵੇ ਉਸਤਾਦ ਦੀ ਕਿਰਪਾ ਹੋਵੇ ਕਿਉਂਕਿ ਰਾਬੀ ਜੀ ਉਹਨਾਂ ਦੇ ਉਸਤਾਦ ਜਿਹੜੇ ਬੜੇ ਬਾਕਮਾਲ ਨੇ ਕਿਉਂਕਿ ਆਪ ਸਾਰੇ ਉਹਨਾਂ ਤੋਂ ਜਾਣੀ ਹੈ ਜਿਹਨਾਂ ਨੇ ਆਪਣੀ ਪੂਰੀ ਮਿਹਨਤ ਦਾ ਸਦਕਾ ਕਿਉਂਕਿ ਜਿਸ ਤਰ੍ਹਾਂ ਕਦੇ ਰਾਣੀ ਛੜਾ ਆਪਣੇ ਪੁੱਤਰ ਦੇ ਵਿਛੋੜੇ ਵਿੱਚ ਪੂਰਨ ਦੇ ਵਿਛੋੜੇ ਵਿੱਚ ਵਰਲਾਪ ਕਰਦੀ ਹੋਈ ਹਾਕਾ ਮਾਰ ਰਹੀ ਸੀ ਔਰ ਵਰਲਾਪ ਕਰ ਰਹੀ ਸੀ ਕੁੱਕਾ ਮਾਰ ਰਹੀ ਸੀ ਪੁਕਾਰ ਕਰ ਰਹੀ ਸੀ ਕਿ ਪੂਰਨ ਦੀ ਵਾਰ ਵਿੱਚ ਤੁਹਾਡੀ ਖਿਦਮਤ ਵਿੱਚ ਅਰਜ਼ ਕਰਨ ਲੱਗਾ ਹਾਂ ਰਾਣੀ ਸਿੰਧਕਾਰਾ ਸ਼ੇਰੇ ਪੰਜਾਬ ਮਹਾਰਾਜਾ ਦੀ ਮਹਿਬੂਬ ਰਾਣੀ ਅੱਜ ਜਿਹਦੇ ਕੰਨ ਤੇ ਪਾਟੇ ਹੋਏ ਕੱਪੜੇ ਨੇ ਪੈਰਾਂ ਵਿੱਚ ਛਾਲੇ ਨੇ ਅੱਜ ਇੱਕ ਉਦਾਹਰਨ ਦੇ ਰੂਪ ਵਿੱਚ ਰਾਣਾ ਸਾਹਿਬ ਬਹਾਦਰ ਦੇ ਦਰਬਾਰ ਵਿੱਚ ਪੇਸ਼ ਹੋਏ ਰਾਣਾ ਸਾਹਿਬ ਬਹਾਦਰ ਦੇ ਸਾਹਮਣੇ ਸਲਾਹ ਲੈਣ ਵਾਸਤੇ ਔਰ ਦੁੱਖਾਂ ਭਰੀ ਦਾਸਤਾਂ ਦੇ ਸਾਹਮਣੇ ਕਿਉਂ ਕਹਿ ਰਹੇ
ਵਿਰਾਸਤ ਏ ਤੁਹਾਡੀ ਕਲਾ ਕਲੇਸ਼ ਰੋਗ ਸਭ ਨਾਸੇ ਪ੍ਰਭ ਆਪਣੀ ਕਿਰਪਾ ਧਾਰੀ।
अकाल पुरख की कृपा रहमत बहुत प्रसिद्ध हो जाए, क्योंकि सतगुरां दे परमेश्वर दे नाम नाल कोई वड्डी संसार ते औक्ष नहीं, कोई दवाई नहीं, कोई दारू नहीं। ये सतगुरां ने लगन कर्म की है। अरदास करिए गुरु चरणा में सच्चे पातशाह सदा वास्ते उन्होंने तंदुरुस्ती बख्शिश कर, परिवार में सुख शांतियां रखन। अंत में सत्कार जो सतसंग जी हुई अर्जोई है कि जो अज सतगुरां ने अपार बख्शिश की है, सेवक परिवार को महान खुशी दी है और पोतरे की दात बख्शी की, सियाने कहते ने मूल नालों व्याज प्यारा होंगे। कई बार मनुख जरा है ना, वह अपने पुत्र अपने बच्चे इन्ना प्यार ना करे ना चके, पर जरा पोता होंगे ना, मैं देखे बाबे छेती किते दूसरे पास नहीं करता, इन्ना प्यार होंगे पार बख्शिश। अज को अगे चली है सेवक परिवार ने सतगुरां का शुकराना किया है और यो ही अरदास है सच्चे पातशाह जी जो आपने कृपा कर दिया होया कि महान आप सेवक परिवार को दी है चंगी जी पुत्र दी, सतगुरु जी उस बच्चे की लंबी उम्र बख्शिश करो, विद्या का दान बख्शिश करो, वो हसदा खेलता इन्हों के सामने रवे और इन्हों का मन प्रसन्न रहे। और क्योंकि सतगुरु होर भी कृपा कर दे फिर बड़ी खुशी की बात है। क्योंकि मैनू एक गल याद है, मैं कई बार सोचता हूं जगत मात सलखणी ना, जब उन्हें मंग रखी गुरु अर्जन साहब जी महाराज चरणों में, असी तो कहने घोड़े ने सुंभ मारिया तो सादा कर दिता, पर नहीं, जब सतगुरु लिखन लगे ना तो भाई अरदास जी कोल खड़े से, महाराज को पूछते सतगुरु की लिखन लगे, कह लगे महाराज एक एक पुत मां मंग जी कहते हैं। सतगुरु कह लगे महाराज सोच लो क्यों, महाराज पैसा भाई अरदास जी इस गल लिखते ने, वो कहते ने होठा छा ना आखिए होशा छा पुतान सूल पुरश धारना करे आज का नहीं होगा। महाराज मेरा तो ख्याल आएगी इन्हें तो आके जरूर कह रहा है कारोबार बहुत ज्यादा है, एक दो चार क्यों उस वे कार्य का सूत नहीं आना, कह लगी महाराज मेरे कृपा करनी है तो सत्ता नहीं करते, मेरा कारोबार इना कोई खूह आने वाला चाहिए, कोई चारे मोड़ वाला, कोई रोटी पानी ले जाने वाला, कोई परे पंचायत में बैठने वाला, कोई शहर में जाने वाला, महाराज सारे काम कि चलेगा। सतगुरां ने अपार बख्शिश की, सत पुत्रां दी दात मात रखनी सतगुरां ने बख्शिश की, गुरु हरगोबिंद साहिब जी महाराज जिन्हां दे संबंध में शिकायत कह दिया सतगुरु कृपा कर और जिते सतगुरां ने दात बख्शिश की उत्थे जोड़ी भी रला दे और सतगुरु सदा वास्ते सेवक परिवार को अपनी नजरे करम च रखन, चर दियां कला च रखन और जिस तरह वो महान सिख संगतां की सेवा कर रहे हैं इसे तरह सेवा करते रहन और सतगुरु उन्होंने बल बख्शिश कर। सारिया संस्था का कोटन कुलान धनवाद है तुहाडे प्यार दा, तुहाडे बख्शिश दा। खालसा जी अंत विच मैं गल कह जां कि मेरे वर्गे कमला जिहा बंदा पूरे गुरु की अजमत में की कुछ आकेगा, इतिहास कहंदिया होया बहुत भुला हुई होगी, उन्होंने भुला दी मैं दो हाथ जोड़ के माफी मांगा, दो हाथ जोड़ के तुहाडे कोलों वरदान भी मांगदा हाँ कि मैं इन्होंने भुला नूं पूरियां करन दा यतन करदा रहा। धन्नवाद, वाहेगुरु जी का खालसा, वाहेगुरु जी।